ਸਰਸ਼ੀਏ ਕਾਲਜੀ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Let's Learn With Harpreet ਸੋ ਸਾਡਾ ਅੱਜ ਦਾ ਟੌਪਿਕ ਹੈ ਚੈਪਟਰ ਸੈਟਸ ਇਹਦੀ ਅਸੀਂ ਕਰਾਂਗੇ ਐਕਸਰਸਾਈਜ਼ 1.3 ਇਸ ਚੈਪਟਰ ਨਾਲ ریلیਟਡ ਅਸੀਂ ਜਿੰਨੀਆਂ ਵੀ ਵੀਡੀਓ ਕਰ ਚੁੱਕੀਆਂ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਸੋ ਪਲੀਜ਼ ਕਨਸੈਪਟ ਨੂੰ ਕਲੈਰੀਫਾਈ ਕਰਨ ਲਈ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਚਲੋ ਸਟਾਰਟ ਕਰਦੇ ਹਾਂ ਐਕਸਰਸਾਈਜ਼ 1.3 ਦਾ ਫਰਸਟ ਸਮ ਕੀ ਹੈ మేਕ ਕੋਰੈਕਟ ਸਟੇਟਮੈਂਟ ਬਾਏ ਫਿਲਿੰਗ ਇਨ ði ਸਿੰਬਲ ðiਸ ਔਰ this in the blanks ਇਹ ਅਸੀਂ ਕਨਸੈਪਟ ਕੀਤਾ ਸੀ ਫਰਸਟ ਵੀਡੀਓ ਵਿੱਚ ਅਸੀਂ ਸਾਰੇ ਦੇ ਸਾਰੇ ਕਨਸੈਪਟ ਕੀਤੇ ਆ ਉਹ ਸਾਰੇ ਦੇ ਸਾਰੇ ਕਨਸੈਪਟ ਜਿਹੜੇ ਐਕਸਰਸਾਈਜ਼ 1.1 1.2 ਔਰ 1.3 ਨੂੰ ਕਵਰ ਕਰਦੇ ਨੇ ਠੀਕ ਹੈ ਸੋ ਤੁਸੀਂ ਉਹਨਾਂ ਨੂੰ ਜ਼ਰੂਰ ਦੇਖੋ ਵੀਡੀਓ ਨੂੰ ਤੇ ਇਹਦਾ ਮਤਲਬ ਕੀ ਆ ਇਹ ਜਿਹੜਾ ਸਾਈਨ ਆ ਇਹਨੂੰ ਕਹਿੰਦੇ ਆ ਸਬਸੈਟ ਇਹਦਾ ਕੀ ਮਤਲਬ ਹੈ ਨਾਟ ਅ ਸਬਸੈਟ ਸਬਸੈਟ ਦਾ ਸਿੰਬਲ ਬਣਾ ਕੇ ਉਹਦੇ ਵਿੱਚ ਲਾਈਨ ਲਗਾਤੀ ਮਤਲਬ ਨਾਟ ਸਬਸੈਟ ਇਹਨਾਂ ਦੇ ਵਿੱਚੋਂ ਅਸੀਂ ਦੇਖਣਾ ਕਿਹੜੀ ਸਟੇਟਮੈਂਟ ਹੈ ਜਿਹੜੀ ਉਹਦੇ ਵਿੱਚ ਅਸੀਂ ਕਿਹੜਾ a subset, ਇਹ ਵਾਲਾ ਸਾਈਨ ਫਿਲ ਕਰਾਂਗੇ ਤੇ ਕਿਹਦੇ ਵਿੱਚ ਅਸੀਂ ਇਹ ਵਾਲਾ ਸਾਈਨ ਫਿਲ ਕਰਾਂਗੇ ਯਾਨੀ ਕਿ ਉਹ ਸਬਸੈਟ ਹੋਊਗਾ ਔਰ ਉਹ ਸਬਸੈਟ ਨਹੀਂ ਹੋਊਗਾ ਠੀਕ ਹੈ ਨਾਲ ਦੀ ਨਾਲ ਅਸੀਂ ਕਨਸੈਪਟ ਫੇਰ ਵੀ ਕਲੀਅਰिफाई ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਕੀ ਕਿਹਾ ਹੋਇਆ ਇਧਰ ਬਣਾਇਆ ਹੋਇਆ 2 3 4 ਇਧਰ ਕੀ ਹੈ 1 2 3 4 ਠੀਕ ਹੈ ਇਹ ਇੱਕ ਸੈਟ ਹੈ ਵੱਡਾ ਸੈੱਟ ਹੈ ਇਹ ਇੱਕ ਉਹਦਾ ਛੋਟਾ ਸੈੱਟ ਹੈ ਠੀਕ ਹੈ ਸਬਸੈਟ ਤਾਂ ਹੀ ਹੁੰਦਾ ਇੱਕ ਵੱਡਾ ਹੋਏ ਸੈੱਟ ਤੇ ਇੱਕ ਛੋਟਾ ਸੈੱਟ ਅਗਰ ਉਹਦੇ ਵਿੱਚ ਕੰਟੇਨਡ ਹੋਏ ਤਾਂ ਹੀ ਉਹ ਸਬਸੈਟ ਹੋ ਸਕਦਾ ਹੈ ਇਹ ਵੀ ਚੀਜ਼ ਦੇਖਣੀ ਹੈ ਜਿੱਦਾਂ ਇੱਧਰ ਕਿਹੜੇ ਐਲੀਮੈਂਟਸ ਪਏ ਨੇ ਸੈੱਟ ਦੇ ਵਿੱਚ 2 3 4 ਔਰ ਇੱਧਰ ਕੀ ਪਿਆ 1 2 3 4 ਦੇਖੋ 2 3 4 ਇੱਧਰ ਵੀ ਹੈ ਗਿਆ ਤੇ ਇਹ 2 3 4 ਇੱਧਰ ਵੀ ਹੈ ਗਿਆ ਯਾਨੀ ਕਿ ਇਹ ਜਿਹੜਾ ਇਹਦੇ ਵਿੱਚ ਕੰਟੇਨਡ ਹੈ ਠੀਕ ਹੈ ਯਾਨੀ ਕਿ ਇਹ ਛੋਟਾ ਸੈਟ ਜਿਹੜਾ ਇਹਦੇ ਵਿੱਚ ਕੰਟੇਨਡ ਹੈ ਜਾਂ ਕਹਿ ਦਈਏ ਇਹ ਕੀ ਇਹਦਾ ਸਬਸੈਟ ਹੈ ਔਰ ਇਹ ਵਾਲਾ ਜੋ ਵੱਡਾ ਸੈਟ ਹੈ ਇਹਦਾ ਕੀ ਹੈ ਸੁਪਰਸੈਟ ਹੈ ਠੀਕ ਹੈ ਉਹ ਵੀਡੀਓ ਨੂੰ ਜਰੂਰ ਦੇਖੋ ਉਹਦੇ ਵਿੱਚ ਪੂਰਾ ਦਾ ਪੂਰਾ ਕਨਸੈਪਟ ਅਸੀਂ ਕਲੈਰੀਫਾਈ ਕੀਤਾ ਹੋਇਆ ਹੈ ਯਾਨੀ ਕਿ 2 3 4 ਇਹ ਸਾਰੇ ਦੇ ਸਾਰੇ ਐਲੀਮੈਂਟ ਇਹਦੇ ਵਿੱਚ ਪਏ ਹੋਏ ਨੇ ਯਾਨੀ ਕਿ ਇਹਦੇ ਵਿੱਚ ਕੰਟੇਨਡ ਨੇ ਇਹਦਾ ਮਤਲਬ ਇਹ ਜਿਹੜਾ ਛੋਟਾ ਆ ਇਹ ਕੀ ਇਹਦਾ ਸਬਸੈਟ ਹੈ ਛੋਟਾ ਸੈਟ ਇਹਦਾ ਕੀ ਹੈ ਸਬਸੈਟ ਹੈ ਨੈਕਸਟ ਦੇਖੋ A B C ਔਰ ਇੱਧਰ ਕੀ ਹੈ B C D ਯਾਨੀ ਕਿ A B ਤੇ B ਔਰ C ਤੇ ਇੱਧਰ ਹੈਗਾ A ਨਹੀਂ ਹੈਗਾ ਇਹਦਾ ਮਤਲਬ A ਕੀ ਇਹਦਾ ਸਬਸੈਟ ਨਹੀਂ ਆ ਸਾਰੇ ਦੇ ਸਾਰੇ ਐਲੀਮੈਂਟ ਅਗਰ ਇਹਦੇ ਵਿੱਚ ਕੰਟੇਨਡ ਹੋਣਗੇ ਤਾਂ ਹੀ ਇਹਦਾ ਕੀ ਹੋ ਸਕਦਾ ਸੀਗਾ ਸਬਸੈਟ ਆਦਰਵਾਇਜ਼ ਇਹ ਕੀ ਆ ਨਾਟ ਅ ਸਬਸੈਟ ਆਫ ਥਿਸ ਸੈਟ ਨੈਕਸਟ ਹੈ X ਸੱਚ ਦੈਟ X ਇਜ਼ x such that x is a student of class 11th of your school ਠੀਕ ਹੈ ਇੱਕ ਤੇ ਦਿੱਤਾ ਹੋਇਆ ਸੈੱਟ ਕੀ ਇਹਦੇ ਵਿੱਚ ਸਾਰੇ ਦੇ ਸਾਰੇ ਕਿਹੜੇ ਐਲੀਮੈਂਟਸ ਪਏ ਨੇ ਤੁਹਾਡੇ ਸਕੂਲ ਦੇ ਵਿੱਚ ਜਿਹੜੇ 11th ਕਲਾਸ ਦੇ ਜਿਹੜੇ ਆ ਸਟੂਡੈਂਟਸ ਆ ਜਿੰਨੇ ਵੀ ਆ ਠੀਕ ਹੈ ਉਹ ਸਾਰੇ ਪਏ ਹੋਏ ਆ ਤੇ ਇਧਰਲੇ ਬੰਨੇ ਜਿਹੜਾ ਸੈੱਟ ਆ ਉਹਦੇ ਵਿੱਚ ਕੀ ਕਿਹਾ ਹੋਇਆ ਐਕਸ ਸੱਚ ਦੈਟ ਐਕਸ ਇਜ਼ ਅ ਸਟੂਡੈਂਟ ਆਫ ਯਰ ਸਕੂਲ ਯਾਨੀ ਕਿ ਇਹ ਵੱਡਾ ਸੈੱਟ ਨਹੀਂ ਹੋ ਗਿਆ ਯੂਨੀਵਰਸਲ ਸੈੱਟ ਜਿਹਨੂੰ ਕਹਿ ਦਈਏ ਪੂਰੇ ਦੇ ਪੂਰੇ ਸਕੂਲ ਦੇ ਜਿਹੜੇ ਸਟੂਡੈਂਟ ਉਹ ਇਹਦੇ ਵਿੱਚ ਨੇ ਤੇ ਉਹ ਇਧਰ ਜਿਹੜਾ ਸੈੱਟ ਆ ਉਹਦੇ ਵਿੱਚ ਕੀ ਆ ਸਿਰਫ 9ਥ ਕਲਾਸ ਦੇ ਸਟੂਡੈਂਟਸ ਨੇ ਠੀਕ ਹੈ ਇਹਦਾ ਮਤਲਬ ਜਿਹੜੇ 9ਥ ਕਲਾਸ ਦੇ ਸਟੂਡੈਂਟ ਉਹ ਪੂਰੇ ਤੇ ਪੂਰੇ ਸਕੂਲ ਦੇ ਵਿੱਚ ਤੇ ਆਂਦੇ ਹੀ ਆ ਇਹਦਾ ਮਤਲਬ ਉਹ ਸਾਰੇ ਦੇ ਸਾਰੇ 9ਥ ਕਲਾਸ ਦੇ ਸਟੂਡੈਂਟ ਪੂਰੇ ਦੇ ਪੂਰੇ ਸਕੂਲ ਵਿੱਚ ਕੰਟੇ की सब सैट है कह दिए ए वाला सैट एपैनिवर्सल सैट नैक्सट देखो नैक्सट दिता होया एक्स सच दैट एक्स इज ए सर्कल इन ए प्लेन एक्स की है सर्कल है इन ए प्लेन प्लेन बिच कोई सर्कल है नैक्सट दूजा की दिता होया एक्स सच दैट एक्स इज ए सर्कल इन ए सेम प्लेन विद रेडियस वन यूनिट मीनस कि ਉਹ ਸਰਕਲ ਹੈ ਠੀਕ ਹੈ ਪਲੇਨ ਦੇ ਵਿੱਚ ਸਰਕਲ ਹੈ ਤਾਂ ਕੋਈ ਰੇਡੀਅਸ ਜਿਹੜਾ ਹੈ ਉਹ ਕਲੈਰੀਫਾਈ ਨਹੀਂ ਕੀਤਾ ਇਹਦਾ ਮਤਲਬ ਉਹ ਕਿਸੇ ਵੀ ਰੇਡੀਅਸ ਦਾ ਹੋ ਸਕਦਾ ਰੇਡੀਅਸ 1 ਦਾ ਰੇਡੀਅਸ 2 ਦਾ ਰੇਡੀਅਸ 3 ਦਾ ਰੇਡੀਅਸ 4 ਦਾ ਰੇਡੀਅਸ 5 ਦਾ ਯਾਨੀ ਕਿ ਸੈਂਟਰ ਲਗਾ ਕੇ ਰੇਡੀਅਸ ਲਗਾ ਕੇ ਤੁਸੀਂ ਸਰਕਲ ਡਰਾ ਕਰ ਸਕਦੇ ਹੋ ਯਾਨੀ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਸਰਕਲਸ ਨੇ ਠੀਕ ਹੈ 1 ਇਨਫਾਈਨਾਈਟ ਸਰਕਲ ਨੇ ਜਿੱਦਾਂ ਕਹਿ ਦਈਏ ਠੀਕ ਹੈ ਨੈਕਸਟ ਕੀ ਹੈ x ਸਚ ਦੈਟ x ਇਜ਼ ਅ ਸਰਕਲ ਇਨ ਅ ਸੇਮ ਪਲੇਨ ਵਿਦ ਰੇਡੀਅਸ 1 ਯੂਨਿਟ ਦੈਟ ਮੀਨਸ ਸਿਰਫ ਇਹਦੇ ਵਿੱਚ ਕੀ ਪਿਆ ਆ ਉਹੀ ਸਰਕਲ ਪੇ ਹੋਣੇ ਆ ਜਿਨ੍ਹਾਂ ਦਾ ਰੇਡੀਅਸ ਕੀ ਹੈ 1 ਯੂਨਿਟ ਇੱਥੇ ਕੀ ਹੈਗਾ 1 ਵਾਲੇ ਵੀ ਹੈਗੇ 2 ਵੀ ਹੈਗੇ 3 ਵੀ ਹੈਗੇ 4 ਵੀ ਹੈਗੇ ਦੈਟਸ ਮੀਨ ਇਹ ਕੀ ਹੈ ਇਹਦਾ ਸਬਸੈਟ ਨਹੀਂ ਹੈ ਇਹ ਜਿਹੜਾ ਛੋਟਾ ਸੈਟ ਹੈ ਇਹਦਾ ਸਬਸੈਟ ਨਹੀਂ ਹੈ ਇਹ ਇਹ ਆਪਸ ਇਹ ਕੀ ਹੈ ਛੋਟਾ ਹੈ ਇਹ ਵੱਡਾ ਹੈ ਠੀਕ ਹੈ ਅਸੀਂ ਇਸ ਕਰਕੇ ਕਵਾਂਗੇ ਕਿ ਇਹ ਜਿਹੜਾ ਇਹਦਾ ਸਬਸੈਟ ਨਹੀਂ ਹੈ ਕਿਉਂਕਿ ਇਹ ਇਹਦੇ ਵਿੱਚ ਕੰਟੇਨਡ ਨਹੀਂ ਆ ਨੈਕਸਟ ਦੇਖੋ ਐਕਸ ਸਚ ਥੈਟ ਐਕਸ ਇਜ਼ ਅ ਟ੍ਰੈਂਗਲ ਇਨ ਅ ਪਲੇਨ ਉਹਨ ਟ੍ਰਾਇੰਗਲ ਵੀ ਕੋਈ ਪ੍ਰੋਪਰ ਨਹੀਂ ਦੱਸੀ ਠੀਕ ਹੈ ਇੱਕ ਟ੍ਰਾਇੰਗਲ ਆ ਕੋਈ ਵੀ ਹੋ ਸਕਦੀ ਆ ਟ੍ਰਾਇੰਗਲ ਦੀਆਂ ਬਹੁਤ ਸਾਰੀਆਂ ਟਾਈਪ ਹੋ ਸਕਦੀਆਂ ਨੇ ਠੀਕ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਟ੍ਰਾਇੰਗਲ ਹੋ ਸਕਦੀ ਆ ਪਲੇਨ ਦੇ ਵਿੱਚ ਠੀਕ ਹੈ ਟ੍ਰਾਇੰਗਲ ਜਿੱਦਾਂ ਆਈਸੋਸੇਲਸ ਟ੍ਰਾਇੰਗਲ ਹੋ ਸਕਦੀ ਹੈ ਇਕੂਲੇਟਰਲ ਟ੍ਰਾਇੰਗਲ ਹੋ ਸਕਦੀ ਹੈ ਉਹ ਵੀ ਉਹਦੀਆਂ ਸਾਈਡਾਂ ਨਹੀਂ ਦਸੀਆਂ ਕਿੰਨੀਆਂ ਯਾਨੀ ਕਿ ਬਹੁਤ ਸਾਰੀਆਂ ਟ੍ਰਾਇੰਗਲਸ ਨੇ ਠੀਕ ਹੈ ਉਸ ਤੋਂ ਬਾਅਦ ਇਧਰ ਕੀ ਹੈ ਐਕਸ ਸੱਚ ਦੈਟ ਐਕਸ ਇਜ਼ ਏ ਰੈਕਟੈਂਗਲ ਇਨ ਏ प्लेन ठीक है ये ट्रेंगल है यिकटेंगल है इन्होंने को कोई this set. This set को, है, से ए थ्री साइडस होंदिया ने एद्स फोर साइड्स होंगे ने इन्हों का कोई कनेक्शन नहीं मतलब दैट इज नॉट ए सबसैट ऑफ दिस सैट दिस सैट इज़ नॉट ए सबसैट ऑफ दिस सैट दैन एक्स देखो एक्स सच दैट एक्स इज ए इ इ इकुलेट्रल ट्राई एंगल यी है हुई है और इधर की दिती हुई है ट्राईएंगल इन ए सेम प्लेन जड़े प्लेन तुम्हें यकुलेट्रल ट्रगल बनाइं ਠੀਕ ਹੈ ਇਕੂਲੇਟਰਲ ਟ੍ਰਾਇੰਗਲ ਹੋ ਕੋਈ ਵੀ ਹੋ ਸਕਦੀ ਹੈ ਉਹਦੀਆਂ ਸਾਰੀਆਂ ਸਾਈਡਾਂ ਇਕੁਅਲ ਹੋਣਗੀਆਂ 1 1 1 ਦੀ ਹੈ ਤੇ 1 1 1 ਦੀ ਹੋਏਗੀ 2 2 ਦੀ ਹੈ 2 3 3 3 3 ਦੀ ਹੋਏਗੀ ਇਕੂਲੇਟਰਲ ਟ੍ਰਾਇੰਗਲ ਦਾ ਮਤਲਬ ਜਿਹਦੀਆਂ ਸਾਰੀਆਂ ਸਾਈਡਸ ਕੀ ਹੁੰਦੀਆਂ ਇਕੁਅਲ ਹੁੰਦੀਆਂ ਬਟ ਇੱਥੇ ਸਾਨੂੰ ਕਲੀਅਰਿਫਾਈ ਨਹੀਂ ਕੀਤਾ ਕਿ ਕਿੰਨੇ ਵਾਈ ਕਿੰਨੇ ਦੇਸੀ ਲੈਣੀਆਂ ਠੀਕ ਹੈ ਦਾ ਮਤਲਬ ਕੋਈ ਵੀ ਹੋ ਸਕਦੀ ਹੈ ਬਟ ਇਕੂਲੇਟਰਲ ਹੀ ਹੋਣਗੀਆਂ ਸਾਰੀਆਂ ਸਾਈਡਾਂ ਉਹਦੀਆਂ ਇਕੁਅਲ ਹੀ ਹੋਣਗੀਆਂ ਨੈਕਸਟ ਇਹਦੇ ਵਿੱਚ ਕੀ ਕਿਹਾ ਹੋਇਆ ਐਕਸ ਸਰਚ ਥੈਟ ਐਕਸ ਇਜ਼ ਅ ਟ੍ਰਾਇੰਗਲ ਇਨ A ਸੇਮ ਪਲੇਨ ਟ੍ਰਾਇੰਗਲ ਚ ਹੁਣ ਇਹ ਕੋਈ ਠੀਕ ਹੈ ਆਈਸੋਸੈਲਸ ਵੀ ਹੋ ਸਕਦੀ ਹੈ ਜਿਹਦੇ ਵਿੱਚ ਦੋ ਸਾਈਡਾਂ ਬਰਾਬਰ ਹੁੰਦੀਆਂ ਠੀਕ ਹੈ ਨੈਕਸਟ ਸਕੈਲਨ ਵੀ ਹੋ ਸਕਦੀ ਹੈ ਜਿਹਦੇ ਵਿੱਚ ਕੋਈ ਸਾਈਡ ਵੀ ਇਕੁਅਲ ਨਹੀਂ ਹੁੰਦੀ ਠੀਕ ਹੈ ਇਹਦਾ ਮਤਲਬ ਇਹ ਵਾਲੀ ਸੀਟ ਦੇ ਵਿੱਚ ਹੈ ਹੀ ਹੈ ਨਾ ਇਹ ਕੀ ਹੈ ਇਕੂਲੇਟਰਲ ਇਧਰ ਵੀ ਮੈਂ ਕੀ ਕਿਹਾ ਇਕੂਲੇਟਰਲ ਇਧਰ ਐਨ ਐਕਸਟਰਾ ਆ ਗਈ ਆਈਸੋਸੈਲਸ ਆ ਗਈ ਔਰ ਇੱਕ ਸਕੈਲਰ ਆ ਗਈ ਠੀਕ ਹੈ ਯਾਨੀ ਕਿ ਇਹ ਕੀ ਇੱਕ ਵੱਡਾ ਸੈੱਟ ਹੈ ਇਹ ਕੀ ਉਹਦਾ ਇੱਕ ਛੋਟਾ ਸੈੱਟ ਹੈ ਕਿਉਂ ਛੋਟਾ ਸੈੱਟ ਹੈ ਕਿਉਂਕਿ ਇਹ ਇਹਦੇ ਵਿੱਚ ਕੰਟੇਨਡ ਹੈ ਇਹ ਸਾਰੇ ਦੇ ਸਾਰੇ ਜਿਹੜੇ ਇਧਰ ਵਾਲੇ ਐਲੀਮੈਂਟਸ ਸੀ ਇਕੂਲੇਟਰਲ ਟ੍ਰੈਂਗਲ ਉਹ ਆਲਰੇਡੀ ਇਹਦੇ ਵਿੱਚ ਪੇਨ ਹੈ ਯਾਨੀ ਕਿ that ਐਲੀਮੈਂਟਸ ਆਰ ਕੰਟੇਨਡ ਇਨ ਥਿਸ ਸੈੱਟ ਇਹਦਾ ਮਤਲਬ ਇਹ ਕੀ ਇਹਦਾ ਸਬਸੈਟ ਹੈ ठीक है नैक्सट देखो एक्स सच दैट एक्स इज ए ईवन नंबर की क्या एक्स सच दैट एक्स इज ए ईवन नैचुरल नंबर कि दिते हुए ईवन नैचुरल नंबर तो ईवन नैचुरल नंबर के होंगे नैचुरल नंबर वन तो स्टार्ट होंगे ईवन के होंगे टू फोर सिक्स नैचुरल लैने पर ईवन ही लैने आप टू सोन एक्स सच दैट एक्स इज़ ए इंटीजर्स ði ਇੰਟੀਜਰਸ ਹੁਣ ਸਾਰੇ ਲੈ ਸਕਦੇ ਆਂ ਹੀ ਨੰਬਰ ਲਾਈਨ ਵਾਲੀਆਂ ਸਾਰੀਆਂ ਵੈਲਿਊਜ਼ ਇੰਟੀਜਰ ਹੀ ਹੁੰਦੀਆਂ 0 1 2 3 4 ਅਪ ਟੂ ਸੋ ਔਨ ਇਨਫਾਈਨਾਈਟ ਤੱਕ ਪਲੱਸ ਇਨਫਿਨਿਟੀ ਤੱਕ ਮਾਈਨਸ 1 minus -2 minus -3 ਅਪ ਟੂ ਅਪ ਟੂ ਸੋ ਔਨ ਮਾਈਨਸ ਇਨਫਿਨਿਟੀ ਤੱਕ ਥੈਟਸ ਮੀਨ 2 4 6 8 ਤੇ ਇਧਰ ਹੈ ਹੀ ਆ ਹੈਗੇ ਨਾ ਇਹਦਾ ਮਤਲਬ ਇਹ ਸਾਰੇ ਤੇ ਸਾਰੇ ਐਲੀਮੈਂਟ ਇਹਦੇ ਵਿੱਚ ਕੰਟੇਨਡ ਨੇ ਥੈਟਸ ਮੀਨ ਇਹ ਜਿਹੜਾ x ਇਜ਼ ਸੱਚ ਦੈਟ x ਇਜ਼ ਅ ਈਵਨ ਨੈਚੁਰਲ ਨੰਬਰ ਇਹ ਕੰਟੇਨਡ ਆ ਕਿਦੇ ਵਿੱਚ ਇੰਟੀਜਰਸ ਦੇ ਵਿੱਚ ਠੀਕ ਹੈ ਕਲੀਅਰ ਹੈ ਉਸੇ ਤਰ੍ਹਾਂ ਤੁਸੀਂ ਇਹ ਵੀ ਐਗਜ਼ਾਮਪਲ ਲੈ ਕੇ ਤੁਹਾਨੂੰ ਮੈਂ ਵੀ ਇਹ ਦੱਸ ਸਕਦੀ ਆ ਕਿ ਜਿੱਦਾਂ ਕੀ ਆ ਰੀਅਲ ਨੰਬਰਸ ਆ ਰੀਅਲ ਨੰਬਰ ਸਭ ਤੋਂ ਵੱਡੇ ਹੁੰਦੇ ਆ ਠੀਕ ਹੈ ਇਹਦੇ ਵਿੱਚ ਕੀ ਆ ਰੈਸ਼ੀਨਲ ਨੰਬਰ ਵੀ ਪੇ ਹੁੰਦੇ ਆ ਔਰ ਇਰ੍ਰੈਸ਼ੀਨਲ ਵੀ ਪੇ ਹੁੰਦੇ ਆ ਰੈਸ਼ੀਨਲ ਇਰ੍ਰੈਸ਼ੀਨਲ ਜਾਂ ਕਹਿ ਦੋ ਨੇਚਰਲ ਵੀ ਇਹਦੇ ਵਿੱਚ ਹੀ ਹੁੰਦੇ ਆ ਠੀਕ ਹੈ ਨੇਚਰਲ ਨੰਬਰ ਰੀਅਲ ਕੀ ਆ ਸਭ ਤੋਂ ਵੱਡੇ ਰੀਅਲ ਦੇ ਵਿੱਚ ਰੈਸ਼ੀਨਲ ਪਲੱਸ ਇਰ੍ਰੈਸ਼ੀਨਲ ਪੇ ਨੇ ਠੀਕ ਹੈ ਇਰੈਸ਼ਨਲ ਮਤਲਬ ਰੂਟਸ ਵਾਲੀਆਂ ਟਰਮ ਰੈਸ਼ਨਲ ਮਤਲਬ 1/2 1/3 5/2 3/2 p/q ਫਾਰਮ ਵਾਲੀਆਂ ਠੀਕ ਹੈ ਤੇ ਜਿਹੜੇ ਨੈਚੁਰਲ ਨੰਬਰ ਆ ਉਹ 1 ਤੋਂ ਸਟਾਰਟ ਹੁੰਦੇ ਇਹਦਾ ਮਤਲਬ ਨੈਚੁਰਲ ਜਿਹੜੇ ਆ ਨੈਚੁਰਲ ਵੀ ਰੀਅਲ ਦੇ ਵਿੱਚ ਪਏ ਹੋਣੇ ਸਭ ਤੋਂ ਵੱਡੇ ਰੀਅਲ ਨੇ ਯਾਨੀ ਕਿ ਨੈਚੁਰਲ ਵੀ ਕਿਹਦਾ ਸਬਸੈਟ ਹੁੰਦਾ ਰੀਅਲ ਦਾ ਸਬਸੈਟ ਹੁੰਦਾ ਹੋਲ ਨੰਬਰ ਜਿਹੜੇ 0 ਤੋਂ ਸਟਾਰਟ ਹੁੰਦੇ ਨੇ ਉਹ ਵੀ ਰੀਅਲ ਦਾ ਸਬਸੈਟ ਹੁੰਦਾ ਠੀਕ ਹੈ ਨੈਕਸਟ ਤੁਸੀਂ ਇੰਟੀਜਰਸ ਲਲੋ ਇੰਟੀਜਰ ਵੀ ਰੀਅਲ ਦਾ ਸਬਸੈਟ ਹੁੰਦਾ ਠੀਕ ਹੈ ਇਸੇ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਐਗ Yeah. <laughs> ਰੈਸ਼ਨਲ ਨੰਬਰ ਵੀ ਰੈਸ਼ਨਲ ਵੀ ਇਹਦੇ ਵਿੱਚ ਪਏ ਹੋਏ ਨੇ ਰੈਸ਼ਨਲ ਵੀ ਰੀਅਲ ਦਾ ਹੋ ਸਕਦਾ ਸਬਸੈਟ ਇਰੈਸ਼ਨਲ ਵੀ ਰੀਅਲ ਦਾ ਸਬਸੈਟ ਹੋਊਗਾ ਠੀਕ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਐਲੀਮੈਂਟ ਇਹਦੇ ਵਿੱਚ ਨੇ ਇਹ ਸਾਰੇ ਦੇ ਸਾਰੇ ਐਲੀਮੈਂਟ ਇਹਦੇ ਵਿੱਚ ਨੇ ਕਿਉਂਕਿ ਇਹਦੇ ਵਿੱਚ ਰੈਸ਼ਨਲ ਪਲੱਸ ਇਰੈਸ਼ਨਲ ਦਾ ਕੰਬੀਨੇਸ਼ਨ ਹੈ ਯਾਨੀ ਕਿ ਰੀਅਲ ਕਹਤੋ ਸਭ ਤੋਂ ਵੱਡੇ ਹੁੰਦੇ ਆ ਸਭ ਤੋਂ ਛੋਟੇ ਕੀ ਸੀਗੇ ਨੈਚੁਰਲ ਜਿਹੜੇ 1 ਤੋਂ ਸਟਾਰਟ ਹੁੰਦੇ ਸੀ ਫਿਰ ਜ਼ੀਰੋ ਆ ਗਿਆ ਫਿਰ ਹੋਲ ਬਣ ਗਿਆ ਠੀਕ ਹੈ ਫਿਰ ਅੱਗੇ ਕੀ ਆ ਗਿਆ ਇੰਟੀਜਰ ਵੈਲਿਊਜ਼ ਆ ਗਈਆਂ ਸਾਡੀਆਂ ਫਿਰ ਅੱਗੇ ਰੈਸ਼ਨਲ ਆ ਗਏ ਫਿਰ ਅੱਗੇ ਇਰੈਸ਼ਨਲ ਆ ਗ ਕਿ ਰੀਅਲ ਸਭ ਤੋਂ ਵੱਡੇ ਉਹਨਾਂ ਦੇ ਵਿੱਚ ਇਹ ਸਾਰੇ ਦੇ ਸਾਰੇ ਕੰਟੇਨਡ ਨੇ ਇਹਦਾ ਮਤਲਬ ਹੈ ਸਾਰੇ ਦੇ ਸਾਰੇ ਰੀਅਲ ਦਾ ਕੀ ਹੁੰਦੇ ਨੇ ਸਬਸੈਟ ਹੁੰਦੇ ਨੇ ਜાં ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਨੈਚੁਰਲ ਜਿਹੜਾ ਹੌਲ ਦਾ ਸਬਸੈਟ ਆ ਕਿਉਂਕਿ ਨੈਚੁਰਲ ਦੇ ਸਾਰੇ ਦੇ ਸਾਰੇ ਨੰਬਰ ਕਿਹਦੇ ਵਿੱਚ ਵੇ ਹੋਏ ਨੇ ਹੌਲ ਦੇ ਵਿੱਚ ਕਿਉਂਕਿ ਹੌਲ 0 ਤੋਂ ਸਟਾਰਟ ਹੁੰਦਾ 0 1 2 3 ਅਪ ਟੂ ਜ਼ੋਨ ਔਰ ਜੋ ਨੈਚੁਰਲ ਸੀ ਉਹ ਤੁਹਾਡਾ ਕਿਤੋਂ ਸਟਾਰਟ ਹੁੰਦਾ 1 2 3 ਤੋਂ ਇਹਦਾ ਮਤਲਬ ਇਹ ਸਾਰੇ ਦੇ ਸਾਰੇ ਜਿਹੜੇ ਇਹਦੇ ਐਲੀਮੈਂਟ ਹੋ ਇਹਦੇ ਵਿੱਚ ਨੇ ਠੀਕ ਹੈ ਇਸ ਕਰਕੇ ਇਹ ਇਹਦਾ ਕੀ ਆ ਸਬਸੈਟ ਹੈ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਨੈਕਸਟ ਦੇਖੋ ਨੈਕਸਟ ਕੀ ਕਿਆ ਹੋਇਆ ਸਕੈਂਡ ਪਾਰਟ ਕਹਿੰਦੇ ਏਗਜ਼ਮਾਈਨ ਵੈਦਰ ਦੀ ਫੋਲੋਇੰਗ ਸਟੇਟਮੈਂਟ ਆਰ ਟੂ অর ਫਾਲਸ ਅਸੀਂ ਇਹ ਚੈੱਕ ਕਰਨਾ ਕਿ ਜੋ ਤੁਹਾਨੂੰ ਨੀਚੇ ਸਟੇਟਮੈਂਟ ਦਿੱਤੀਆਂ ਹੋਈਆਂ ਨੇ ਕ ਔਰੈਕਟ ਨੇ ਜਾਂ ਇਨਕੋਰੈਕਟ ਨੇ ਦੇਖੋ ਕੀ ਦਿੱਤਾ ਹੋਇਆ ਕਹਿੰਦੇ ਏ ਔਰ ਬੀ ਇੱਕ ਸੈਟ ਹੈ ਕਹਿੰਦੇ ਡਸ ਨਾਟ ਕੰਟੇਨਡ ਇਨ ਬੀ ਸੀ ਏ ਇਹ ਇੱਧਰ ਵੀ ਹੈ ਇਦਰ a b ਐਲੀਮੈਂਟ ਨੇ ਇਦਰ ਵੀ a b ਹੈਗੇ ਇਹਦਾ ਮਤਲਬ ਇਹਦੇ ਵਿੱਚ ਕੰਟੇਨਡ ਸੀ 댓 ਮੀਨ ਇੱਥੇ ਕੀ ਆਣਾ ਹੀ ਇਹਦਾ ਸਬਸੈਟ ਹੋਊਗਾ ਇਹਦਾ ਮਤਲਬ ਇਹ ਸਟੇਟਮੈਂਟ ਕੀ ਹੈ ਫਾਲਸ ਜੋ ਤੁਹਾਨੂੰ ਪਿੱਛੇ ਸਮਝਾਇਆ ਉਹਨੂੰ ਟਰੂ ਫਾਲਸ ਦੀ ਸਟੇਟਮੈਂਟ ਦੇ ਵਿੱਚ ਦੱਸਤਾ ਹੋਆ a ਕਮਾ e ਇਸ ਕੰਟੇਨਡ ਇਨ x ਸਚ 댓 ਵੋਵਲ ਇਨ a ਇੰਗਲਿਸ਼ ਅਲਫਾਬੇਟ ਲਿਖਣ ਦੀ ਵੀ ਲੋੜ ਨਹੀਂ ਤੁਹਾਨੂੰ ਪਤਾ ਵੋਵਲਸ ਦੇ ਵਿੱਚ a ਔਰ e ਆਉਂਦਾ ਹੈ ਇਹਦਾ ਮਤਲਬ ਵੋਵਲ ਤੇ ਸਾਡੇ ਪੰਜ ਹੁੰਦੇ ਨੇ ਉਹਨਾਂ ਦੇ ਵਿੱਚੋਂ a ਦੋ ਜਿਹੜੇ ਇਹਦੇ ਵਿੱਚ ਕੰਟੇਨਡ ਹੈਗੇ ਨੇ ਠੀਕ ਹੈ ਇਹ ਦੋ ਜਿਹੜੇ ਇਹਦੇ ਵਿੱਚ ਹੈਗੇ ਇਸ ਦਾ ਮਤਲਬ ਇਹਦਾ ਸਬਸੈਟ ਇਹ ਸਟੇਟਮੈਂਟ ਕੀ ਹੋਏਗੀ ट्रू ਹੋਏਗੀ ਨੈਕਸਟ ਦੇਖੋ 1 2 3 ਔਰ 1 3 5 1 ਤੇ 3 ਇੱਥੇ ਹੈਗੇ ਇਹਦੇ ਚ 2 ਨਹੀਂ ਹੈਗਾ ਦਾ ਮਤਲਬ ਇਹਦੇ ਵਿੱਚ ਕੰਟੇਨਡ ਨਹੀਂ ਹੈਗਾ ਇਹਦਾ ਮਤਲਬ a ਇਹਦਾ ਸਬਸੈਟ ਨਹੀਂ ਹੈ ਇੱਥੇ ਆਣਾ ਸੀਗਾ ਨਾਟ ਸਬਸੈਟ ਇਹਦਾ ਮਤਲਬ ਇਹ ਸਟੇਟਮੈਂਟ ਵੀ ਕੀ ਹੋਗੀ ਫਾਲਸ ਹੋਗੀ ਇਹ ट्रू ਸੀ ਨੈਕਸਟ ਦੇਖੋ a ਇਸ ਕੰਟੇਨਡ ਇਨ abc ਇਹ ਵੀ ਸਟੇਟਮੈਂਟ ਕੀ ਹੈ ट्रू a ਦੇ ਵਿੱਚ ਕੰਟੇਨਡ ਹੈ ਇਹਦੇ ਵਿੱਚ ਕਿਹਾ a ਬਿਲੋਂਗਸ ਟੂ abc ਇਸ ਸੈਟ ਸੈਟ ਨਹੀਂ ਬਿਲੋਂਗ ਐਲੀਮੈਂਟ ਬਿਲੋਂਗ ਕਰਦਾ ਉਹਨੂੰ ਠੀਕ ਹੈ ਸੈਟ ਕਿਹੜੇ ਬਿਲੋਂਗ ਕਰਨ ਦੇ ਇਹ ਇਹ ਵਾਲੇ ਕਿਉਂਕਿ ਇਹ ਛੋਟਾ ਸੈਟ ਇਹਦੇ ਵਿੱਚ ਹੈ ਸਬਸੈਟ ਜਿਹਨੂੰ ਸਬਸੈਟ ਕਹਿੰਦਾ ਉਹ ਛੋਟਾ ਸੈਟ ਜਿਹਦੇ ਸਾਰੇ ਦੇ ਸਾਰੇ ਐਲੀਮੈਂਟ ਉਹਦੇ ਵਿੱਚ ਪਏ ਹੋਣ ਉਹਨੂੰ ਅਸੀਂ ਕੀ ਕਹਿੰਨੇ ਆ ਉਹਦਾ ਸਬਸੈਟ ਕਹਿੰਨੇ ਆ ਔਰ ਅਗਰ ਉਹ ਐਲੀਮੈਂਟ ਕੱਲਾ ਹੋਏ ਤੇ ਉਹ ਐਲੀਮੈਂਟ ਉਹਨੂੰ ਕੀ ਕਰਦਾ ਬਿਲੋਂਗ ਕਰਦਾ ਅਗਰ ਇਹ ਚੀਜ਼ ਹੈ ਇਹਨੂੰ ਅਸੀਂ ਕਿਵੇਂ ਲਿਖਾਂਗੇ ਕਿ ਏ ਬਿਲੋਂਗਸ ਟੂ ਏ ਕਮਾ ਬੀ ਕਮਾ ਸੀ ਐਵੇਂ ਲਿਖਾਂਗੇ ਤੇ ਜੇ ਅਸੀਂ ਸੈੱਟ ਦੀ ਫਾਰਮ ਚ ਲਿਖਣਾ ਹੋਏਗਾ ਤਾਂ ਅਸੀਂ ਕੀ ਲਿਖਾਂਗੇ a ਇਹਦਾ ਕੀ ਆ ਸਬਸੈਟ ਐਵੇਂ ਨਹੀਂ ਲਿਖਾਂਗੇ ਕਿ a ਸੈੱਟ ਜਿਹੜਾ ਸਬਸੈਟ ਬਿਲੋਂਗ ਕਰਦਾ ਹੈ abc ਨੂੰ a ਸਬਸੈਟ ਕੰਟੇਨਡ ਇਨ ਦਿਸ ਠੀਕ ਹੈ ਅਗਰ ਬਿਲੋਂਗਸ ਕਰਵਾਣਾ ਤੇ ਇੱਕ ਕੱਲਾ ਐਲੀਮੈਂਟ ਇਹਨੂੰ ਬਿਲੋਂਗ ਕਰ ਰਿਹਾ ਜਾਂ ਕਹਿ ਦਈਏ b ਕੱਲਾ ਐਲੀਮੈਂਟ ਇਹਨੂੰ ਬਿਲੋਂਗ ਕਰ ਲਿਆ a b c ਨੂੰ b ਐਲੀਮੈਂਟ ਬਿਲੋਂਗ ਕਰ ਰਿਹਾ c ਨੂੰ a b c ਐਲੀਮੈਂਟ ਬਿਲੋਂਗ ਕਰ ਰਿਹਾ ਜੀ ਅਸੀਂ ਇਹਨੂੰ ਸੈੱਟ ਦੀ ਫਾਰਮ ਚ ਲਿਖਣਾ ਕਿ ਇਹ ਛੋਟਾ ਸੈੱਟ ਤੇ ਇਹਦਾ ਸਬਸੈਟ ਹੋਊਗਾ ਛੋਟਾ ਸੈੱਟ a ਦਾ ਸਬਸੈਟ ਹੋਊਗਾ ਕਿਹਦਾ a b c ਦਾ ਜੋ ਵੀ ਅਸੀਂ ਲੈ ਰਹੇ ਹਾਂ ਠੀਕ ਹੈ a b c ਦਾ ਕਲੀਅਰ ਹੈ ਠੀਕ ਹੈ ਬਿਲੋਂਗਸ ਟੂ ਔਰ ਸਬਸੈਟ ਔਰ ਸਬਸੈਟ ਦਾ ਫਰਕ ਦੇਖ ਲਓ ਜੂਏ ਕੋਈ ਐਲੀਮੈਂਟ ਬਿਲੋਂਗ ਕਰਵਾਣਾ ਤਾਂ ਉਹਨੂੰ ਸਿੰਗਲ ਐਲੀਮੈਂਟ ਦੀ ਫਾਰਮ ਦੇ ਵਿੱਚ ਲਿਖਣਾ ਅਗਰ ਤੁਸੀਂ ਸੈਟ ਦੀ ਫਾਰਮ ਦੇ ਵਿੱਚ ਲਿਖ ਲਿਆ ਤੇ ਉਹ ਸਾਰੇ ਦੇ ਸਾਰੇ ਐਲੀਮੈਂਟ ਉਹਦੇ ਵਿੱਚ ਪੇ ਹੋਏ ਤੇ ਉਹ ਦਾ ਕੀ ਹੋ ਜਾਣਾ ਸਬਸੈਟ ਹੋ ਜਾਣਾ ਕਲੀਅਰ ਹੈ ਇਹ ਚੀਜ਼ ਰੱਖਿਓ ਇਹਦਾ ਮਤਲਬ ਇਹ ਕੀ ਹੈ ਫਾਲਸ ਹੈ ਵੀ ਸਟੇਟਮੈਂਟ ਯਾਨੀ ਕਿ A ਜਿਹੜਾ ਇਹਨੂੰ ਬਿਲੋਂਗ ਕਰਦਾ ਇਹ ਸੈਟ ਜਿਹੜਾ ਇਹਦਾ ਕੀ ਹੈ ਸਬਸੈਟ ਹੈ ਇਹ স্মੋਲੇਸਟ ਸੈਟ ਜਿਹੜਾ ਇਹਦਾ ਸਬਸੈਟ ਹੈ ਕਿਉਂ A ਦੇ ਵਿੱਚ ਪਿਆ ਹੋਇਆ ਨੈਕਸਟ ਦੇਖੋ x such that x is a even natural number less than 6 even natural number lene hai 6 to chote chote 2 4 ehi honge even natural number even natural number lene hai but even lene hai but 6 to chote chote 2 4 aur 6 hi aange but 6 to chote kiya si ਨੈਕਸਟ ਦੇਖੋ ਇਹ ਸਬਸਟ ਹੈ ਕਿ ਨਹੀਂ ਇਹਦਾ ਐਕਸ ਸੱਚ ਦਟ ਐਕਸ ਇਜ਼ ਅ ਨੈਚੁਰਲ ਨੰਬਰ ਵਿਚ ਡਿਵਾਈਡ 36 ਉਹ ਨੈਚੁਰਲ ਨੰਬਰ ਲੈਣੇ ਆ ਜਿਹੜੇ 36 ਨੂੰ ਡਿਵਾਈਡ ਕਰਦੇ ਇੱਕ 1 ਵੀ ਡਿਵਾਈਡ ਕਰਦਾ 2 ਵੀ ਡਿਵਾਈਡ ਕਰਦਾ 3 ਵੀ ਡਿਵਾਈਡ ਕਰਦਾ ਠੀਕ ਹੈ 4 ਵੀ ਡਿਵਾਈਡ ਕਰਦਾ 2 4 ਤੇ ਇਹਦੇ ਵਿੱਚ ਆ ਗਿਆ ਨੈਕਸਟ ਅਸੀਂ ਲਿਖੀਏ ਜਾਂ ਨਾ ਲਿਖੀਏ ਦਾ ਮਤਲਬ ਹੈ ਵੱਡਾ ਸੈੱਟ ਹੀ ਬੰਨਾ ਸੀ ਇਹ 2 4 ਇਹਦੇ ਵਿੱਚ ਹੀ ਕੰਟੇਨਡ ਹੈ ਇਹਦਾ ਮਤਲਬ a ਕੀ ਹੈ ਦਾ ਸਬਸੈਟ ਹੈ ਕਿਉਂਕਿ ਨੈਕਸਟ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਅਸੀਂ ਇਹੀ ਦੇਖਣਾ ਹੈ ਇੱਧਰ 2 اور 4 2 اور 4 ਮੈਨੂੰ ਚੈੱਕ ਕਰਦੇ ਕਰਦੇ ਮੈਨੂੰ ਪਤਾ ਲੱਗ ਗਿਆ ਕਿ ਇੱਧਰ ਵੀ 2 اور 4 ਹੈਗੇ ਆ ਤੇ a 2 اور 4 ਇਹਦੇ ਵਿੱਚ ਹੀ ਕੰਟੇਨਡ ਨੇ ਇਹਦਾ ਮਤਲਬ ਆਹ ਵਾਲਾ ਜਿਹੜਾ ਸੈੱਟ ਅਸੀਂ ਲਿਆ ਆ a ਦਾ ਸਬਸੈਟ ਹੈਗਾ ਇਹਦਾ ਮਤਲਬ ਇਹ ਵੀ ਸਟੇਟਮੈਂਟ ਕੀ ਹੋਈ ਟਰੂ ਹੋਈ ਨੈਕਸਟ ਤੁਸੀਂ ਇਦਾਂ ਹੀ ਚੈੱਕ ਕਰਦੇ ਕਰਦੇ ਲਿਖਦੇ ਜਾਓਗੇ ਨਾਲ ਹੋ ਜਾਂਦਾ 6 ਵੀ ਆ ਜਾਏਗਾ 7 ਨਾਲ ਨਹੀਂ ਹੁੰਦਾ 8 9 ਆ ਜਾਏਗਾ ਠੀਕ ਹੈ ਉਸੇ ਤਰ੍ਹਾਂ 36 ਲਾਸਟ ਜਿਹੜਾ ਦਾ 36 ਹੋਊਗਾ ਨੈਕਸਟ ਦੇਖੋ ਕਹਿੰਦੇ ਕਿ 3rd ਕੁਐਸਚਨ ਕੀ ਦਿੱਤਾ ਹੈ ਲੈਟ a 66 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕੋਰेक्ट ਐਂਡ ਵਾਈ ਕਹਿੰਦੇ ਕਿ ਕਿਹੜੀ ਸਟੇਟਮੈਂਟ ਜਿਹੜੀ ਇਹਦੇ ਵਿੱਚੋਂ ਇਨਕੋਰेक्ट ਹੈ ਤੇ ਕਿਉਂ ਦੇਖੋ ਫਰਸਟ ਪਾਰਟ ਕੀ ਕਿਹਾ ਹੋਇਆ ਫਰਸਟ ਕੀ ਆ ਹੋਇਆ 3, 4 ਇੱਕ ਸੈਟ ਹੈ ਠੀਕ ਹੈ 3 ਕਮਾ 4 ਸੈਟ ਸਬਸੈਟ ਆਫ ਏ ਆ ਪੂਰਾ ਏ ਸੀਗਾ ਇਹ ਸਬਸੈਟ ਨਹੀਂ ਹੈ ਇੱਕ ਐਲੀਮੈਂਟ ਆ ਇਹਦੇ ਵਿੱਚ ਐਲੀਮੈਂਟ ਪਈ ਆ ਐਲੀਮੈਂਟ ਦੀ ਫਾਰਮ ਦੇ ਵਿੱਚ ਇਹ ਪੂਰਾ ਦਾ ਪੂਰਾ ਪਿਆ ਹੋਇਆ ਇਹਦਾ ਮਤਲਬ ਏ ਇਹਨੂੰ ਕੀ ਕਰਨਾ ਚਾਹੀਦਾ ਸੀਗਾ ਬਿਲੋਂਗਸ ਕੀ ਕਰਨਾ ਚਾਹੀਦਾ ਸੀਗਾ ਨੂੰ ਬਿਲੋਂਗਸ ਇੱਕ ਵਾਰੀ ਫੇਰ ਵੇਖ ਲਓ ਚੀਜ਼ ਨੂੰ ਕਹਿੰਦੇ ਕਿ ਜਿਹੜਾ 3 ਕਮਾ 4 ਹੈ ਉਹਦਾ ਜਿਹੜਾ ਏ ਇਹ ਇਹ ਪੂਰਾ ਸੈਟ ਹੈ ਇਹ ਪੂਰਾ ਸੈੱਟ ਹੈ ਇਹਦੇ ਵਿੱਚ ਇਹ ਸਾਰੇ ਦੇ ਸਾਰੇ ਕੀ ਨੇ ਪਏ ਇਹਦੇ ਐਲੀਮੈਂਟਸ ਪਏ ਨੇ 1 ਵੀ ਐਲੀਮੈਂਟ ਹੈ 2 ਵੀ ਐਲੀਮੈਂਟ ਹੈ 3 4 ਦਾ ਜਿਹੜਾ ਇੱਕ ਸੈੱਟ ਜਿਆ ਬਣਾਇਆ ਹੋਇਆ ਹੈ ਇਹ ਵੀ ਪੂਰਾ ਦਾ ਪੂਰਾ ਕੀ ਹੈ ਐਲੀਮੈਂਟ ਹੈ 댓 ਮੀਨਸ A ਦਾ ਸਬਸੈਟ ਨਹੀਂ ਆ A ਨੂੰ ਕੀ ਕਰਨਾ ਚਾਹੀਦਾ ਬਿਲੋਂਗ ਕਰਨਾ ਚਾਹੀਦਾ ਯਾਨੀ ਕਿ ਇਹ ਸਟੇਟਮੈਂਟ ਕੀ ਸੀ ਇਨਕੋਰੈਕਟ ਸੀ ਬਿਕੋਜ਼ ਇਹ ਜਿਹੜਾ ਸੀਗਾ 3,4 ਇਹ ਇਹਦਾ ਐਲੀਮੈਂਟ ਸੀ ਇਹ ਇਹਨੂੰ ਬਿਲੋਂਗ ਕਰਨਾ ਚਾਹੀਦਾ ਸੀਗਾ ਠੀਕ ਹੈ ਕਲੀਅਰ ਹੈ ਨੈਕਸਟ ਦੇਖੋ ਆਹ ਹਾਂ ਇਹ ਸਟੇਟਮੈਂਟ ਕੀ ਹੈ கரੈਕਟ ਕਿਉਂਕਿ 3,4 ਕਰਲੀ ਬ੍ਰੈਕਟ ਇਹ ਪੂਰਾ ਤਾਂ ਪੂਰਾ ਐਲੀਮੈਂਟ ਸੀ ਇਹਨੂੰ ਬਿਲੋਂਗ ਕਰਦਾ ਸੀਗਾ ਹੁਣ ਇਹ ਸਬਸੈਟ ਹੈ ਕਿਉਂਕਿ ਇਹ ਪੂਰਾ ਐਲੀਮੈਂਟ ਸੀਗਾ ਇਹ ਪੂਰਾ ਐਲੀਮੈਂਟ ਸੀਗਾ ਇਹਦੀ ਪੂਰੀ ਕਰਲੀ ਬ੍ਰੈਕਟ ਬਣਾ ਲਈ ਇੱਕ ਸੈੱਟ ਬਣ ਗਿਆ ਇਹ ਇਹਦੇ ਵਿੱਚ ਪਿਆ ਹੋਇਆ ਠੀਕ ਹੈ ਇਹ ਇਹਦੇ ਵਿੱਚ ਪੂਰਾ ਦਾ ਪੂਰਾ ਕੰਟੇਨਡ ਹੈ ਇਹਦਾ ਮਤਲਬ a ਕੀ ਹੈ ਦਾ ਸਬ ਸੈਟ ਹੈ ਠੀਕ ਹੈ ਸਬਸੈਟ ਅਸੀਂ ਐਵੇਂ ਹੀ ਬਣਾਉਂਦੇ ਸੀਗਾ ਨਾ ਅਗਰ ਇਹਦੇ ਵਿੱਚ ਵਨ ਕੋਈ ਸਾਨੂੰ ਸੈਟ ਦਿੱਤਾ ਵਨ 2 3 ਇਹਦੇ ਅਸੀਂ ਸਬਸੈਟ ਕਿਵੇਂ ਬਣਾਉਂਦੇ ਸੀਗੇ ਫਰਸਟ ਐਲੀਮੈਂਟ ਕਰ ਲਈ ਬ੍ਰੈਕਟ ਚ ਸੈਕਿੰਡ ਐਲੀਮੈਂਟ ਏ ਵੀ ਇੱਕ ਸਬਸੈਟ ਬਣ ਗਿਆ ਕਿਉਂਕਿ ਏ ਵੀ ਇਹ ਸੈੱਟ ਵਿੱਚ ਹੈਗਾ ਇਹ ਵੀ ਇਹ ਸੈੱਟ ਵਿੱਚ ਹੈਗਾ ਛੋਟਾ ਸੈੱਟ ਜਿਹਨੂੰ ਕਹਿ ਦੋ ਛੋਟਾ ਸੈੱਟ ਜਿਹੜਾ ਉਹਦੇ ਵਿੱਚ ਕੀ ਹੋਏ ਕੰਟੇਨਡ ਹੋਏ ਠੀਕ ਹੈ ਤੇ ਉਹ ਕੀ ਆ ਅਗਰ ਐਲੀਮੈਂਟਸ ਹੋਣ ਤੇ ਐਲੀਮੈਂਟਸ ਉਹਨੂੰ ਕੀ ਕਰਦੇ ਆ ਸੈੱਟ ਨੂੰ ਬਿਲੋਂਗ ਕਰਦੇ ਆ ਇਹ ਕੀ ਹੈ ਇਹਦੇ ਵਿੱਚ ਕੰਟੇਨਡ ਹੋਏਗਾ ਤੇ ਇਸ ਤੋਂ ਆਮਦਾ ਹੋਊਗਾ ਇਹ ਉਹਦੇ ਐਲੀਮੈਂਟ ਸੀਗੇ ਤੇ ਇਹ ਪੂਰਾ ਦਾ ਪੂਰਾ ਕੀ ਬਣ ਗਿਆ ਦਾ ਛੋਟਾ ਸੈੱਟ ਤੇ ਇਹ ਕੀ ਕਰੇਗਾ ਉਹਨੂੰ ਸਬਸੈਟ ਹੋਊਗਾ ਇਹ ਉਹਦਾ ਅਦਰਵਾਈਜ਼ ਅਗਰ 3 اور 4 ਦਿੱਤਾ ਹੈ اور 3 اور 4 ਇਹਦੇ ਵਿੱਚ ਕੀ ਹੈ ਐਲੀਮੈਂਟ ਦੀ ਫਾਰਮ ਦੇ ਵਿੱਚ ਨੇ ਦਾ ਮਤਲਬ a ਇਹਨੂੰ ਕੀ ਕਰੇਗਾ ਬਿਲੋਂਗ ਕਰੇਗਾ اور ਅਗਰ ਤੁਹਾਨੂੰ ਦਿੱਤਾ ਹੋਏਗਾ 3 4 ਕਰਲੀ ਬ੍ਰੈਕਟ ਐਲੀਮੈਂਟ ਦੀ ਫਾਰਮ ਹੈ ਨੈਕਸਟ ਉਹਦਾ ਸੈਟ ਵੀ ਬਣਾ ਕੇ ਦਿੱਤਾ ਹੋਏਗਾ ਤੇ ਉਹ ਉਹਨੂੰ ਕੀ ਕਰੇਗਾ ਉਹਦਾ ਸਬਸੈਟ ਹੋਊਗਾ ਕਲੀਅਰ ਹੈ ਨੈਕਸਟ ਦੇਖੋ 1 ਬਿਲੋਂਗਸ ਟੂ a ਹਾਂ ਇਹ ਵੀ ਕਰੈਕਟ ਆ ਸਾਡੀ ਇਹ ਫਾਲਸ ਸੀ ਪਹਿਲੇ ਵਾਰੀ ਫਾਲਸ ਸੀ ਇਹ ਵੀ ਟ्रू ਆ ਇਹ ਵੀ ਟ्रू ਨੇ ਏ ਵੀ ट्रू ਆ ਨੈਕਸਟ ਦੇਖੋ 1 ਇਜ਼ ਅ ਸਬਸੈਟ ਆਫ A ਇਹ ਗਲਤ ਹੈ 1 ਇਜ਼ ਸਬਸੈਟ ਮਤਲਬ ਸੈਟ ਬਣਾਓ ਛੋਟਾ ਸੈਟ ਦੀ ਫਾਰਮ ਵਿੱਚ ਲਿਖੋ ਨੂੰ ਇਹ ਕਰੈਕਟ ਹੋ ਗਈ ਇਹਦੀ ਠੀਕ ਹੈ ਨੈਕਸਟ ਹੈ 1 2 5 ਇਸ ਸਬਸੈਟ ਟru ਕਿਉਂਕਿ 1 2 5 ਇਹ ਵੀ ਬਣਾ ਸਕਦੇ ਆਂ ਅਸੀਂ ਇਹ ਵੀ ਹੈ ਸਬਸੈਟ 1 2 5 ਬਿਲੋਂਗ ਟੂ ਨਾ ਸੈਟ ਬਿਲੋਂਗ ਨਹੀਂ ਕਰਦਾ ਸੈਟ ਜਿਹੜਾ ਕੀ ਹੁੰਦਾ ਹੈ ਸਬਸੈਟ ਹੋ ਸਕਦਾ ਉਹਦਾ ਠੀਕ ਹੈ ਜਾਂ ਇਕੁਅਲ ਹੋ ਸਕਦਾ ਉਹਦਾ ਉਹਦੇ ਠੀਕ ਹੈ ਇਹ ਸੈਟ ਦੀ ਫਾਰਮ ਬਣਾਈਓ ਸੈਟ ਜਿਹੜਾ ਹੈ ਕੀ ਹੋਏਗਾ ਉਹਦਾ ਸੈਟ ਕਿਦਾਂ ਕਿਉਂਕਿ ਇਹ ਐਲੀਮੈਂਟ ਆ ਇਹ ਅਲੱਗ-ਅਲੱਗ ਹੈ ਇਹਦਾ ਜਿਹੜਾ ਪੂਰਾ ਸੈਟ ਉਹ ਐਵੇਂ ਬਣੇਗਾ ਇੱਕ ਹੋਰ ਕਰ ਲਈ ਬ੍ਰੈਕਟ ਲਾ ਦਾਂਗੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਕੀ ਨੇ 엘ਿਮੈਂਟਸ ਨੇ ਠੀਕ ਹੈ ਨੈਕਸ ਕੀ ਹੈ ਇਹਦਾ ਮਤਲਬ ਇੱਕ ਹੀ ਹੋਣਾ ਚਾਹੀਦਾ ਸੀਗਾ ਦਾ ਸਬਸੈਟ ਇੱਥੇ ਕੀ ਆਣਾ ਸੀਗਾ ਸਬਸੈਟ ਨਾਲ ਦੀ ਨਾਲ ਤੁਸੀਂ ਰੀਜ਼ਨ ਦੇਈ ਜਾਣਾ ਕਿਉਂ ਨਹੀਂ ਕਰੈਕਟ ਇਨਕੋਰੈਕਟ ਯਾ ਕਰੈਕਟ ਨੈਕਸ ਦੇਖੋ 1 2 3 ਹੁਣ ਇਹ 1 2 ਤੇ 3 ਇਹਦੇ ਵਿੱਚੋਂ ਲੈ ਲਿਆ ਇਹਦਾ ਮਤਲਬ ਇਹ ਵੀ ਇਹਦਾ ਸਬਸੈਟ ਨਹੀਂ ਹੈ ਇਹ ਵੀ ਕੀ ਕਰਨਾ ਚਾਹੀਦਾ ਸੀ ਇਹ ਵੀ ਕੀ ਹੋਗੀ ਸਟੇਟਮੈਂਟ ਰੋਂਗ ਹੋਗੀ ਠੀਕ ਹੈ ਇਹ ਸਬਸੈਟ ਨਹੀਂ ਸੀ ਬੰਨਾ ਸਬਸੈਟ ਜਿਹੜਾ ਬੰਨਦਾ ਤਾਂ ਉਹ ਐਵੇਂ ਬੰਨਣਾ ਸੀਗਾ 1 2 3 3 ਦਾ ਐਵੇਂ ਬੰਨਾ ਸੀਗਾ 3 ਐਲੀਮੈਂਟ ਲਿਆ a ਦਾ ਸਬਸੈਟ ਹੋਊਗਾ ਕਲੀਅਰ ਹੈ ਨੈਕਸਟ ਦੇਖੋ ਕਹਿੰਦੇ 5 ਇਸ 5 ਬਿਲੋਂਗਸ ਟੂ a a 5 ਕਿਨੂੰ ਬਿਲੋਂਗ ਕਰ ਰਿਹਾ ਏਨੂੰ ਠੀਕ ਹੈ ਫਾਈ ਬਿਲੋਂਗ ਨਹੀਂ ਕਰਦਾ ਫਾਈ ਹਰ ਇੱਕ ਦਾ ਕੀ ਹੁੰਦਾ ਸਬਸੈਟ ਹੁੰਦਾ ਕਿਉਂਕਿ ਫਾਈ ਹਰ ਇੱਕ ਸੈਟ ਦੇ ਵਿੱਚ ਕੰਟੇਨਡ ਹੁੰਦਾ ਫਾਈ ਨੂੰ ਅਸੀਂ ਸਿੰਪਲ ਲਿਖ ਸਕਦੇ ਹਾਂ ਠੀਕ ਹੈ ਫਾਈ ਨੂੰ ਐਵੇਂ ਐਵੇਂ ਨਹੀਂ ਲਿਖਣਾ ਫਾਈ ਨੂੰ ਸਿੱਧਾ ਲਿਖਣਾ ਔਰ ਨਹੀਂ ਨਹੀਂ ਫਾਲਸ ਕਿਉਂਕਿ ਫਾਈ ਬਿਲੋਂਗਸ ਟੂ ਇਹ ਹਾਂ ਇਹ ਚੀਜ਼ ਫਾਲਸ ਹੈ ਕਿਉਂਕਿ ਫਾਈ ਕੀ ਕਰੰਡ ਹੈ ਨੂੰ ਫਾਈ ਇਹਦਾ ਸਬਸੈਟ ਹੁੰਦਾ ਫਾਈ ਹਰ ਇੱਕ ਸੈਟ ਦਾ ਸਬਸੈਟ ਹੁੰਦਾ ਫਾਈ ਉਹ ਰੋ ਖੁਦ ਠੀਕ ਹੈ ਜੇ ਅਗਰ ਮੈਂ ਸੈਟ A ਕਹਾਂਗੀ A ਵੀ ਜਿਹੜਾ ਹੈ A ਦਾ ਸਬਸੈਟ ਹੈ ਕਿਉਂਕਿ A A ਦੇਹੀ ਹੈ ਇਕੁਅਲ ਹੈ ਸਬਸੈਟ ਵੀ ਹੁੰਦਾ ਹੈ ਔਰ ਇਕੁਅਲ ਵੀ ਹੁੰਦਾ ਹੈ ਉਸੇ ਤਰ੍ਹਾਂ 5 ਹਰ ਇੱਕ ਸੈਟ ਦਾ ਕੀ ਹੁੰਦਾ ਹੈ ਸਬਸੈਟ ਹੁੰਦਾ ਠੀਕ ਹੈ ਕਲੀਅਰ ਹੈ ਨੈਕਸਟ ਦੇਖੋ ਕਹਿੰਦੇ 5 ਇਸ ਸਬਸੈਟ ਆਫ A ਇਹ ਕਰੈਕਟ ਹੈ 5 ਬਿਲੋਂਗ ਨਹੀਂ ਕਰਦਾ 5 ਉਸ ਸੈਟ ਦਾ ਸਬਸੈਟ ਹੁੰਦਾ ਕਿਉਂਕਿ 5 ਉਹਦੇ ਵਿੱਚ ਕੰਟੇਨਡ ਹੁੰਦਾ ਠੀਕ ਹੈ ਨੈਕਸਟ ਦੇਖੋ ਇਹ ਕਿਹਾ ਹੋਇਆ f(A) ਵੀ ਫਾਲਸ ਹੈ ਕਿਉਂਕਿ ਅਸੀਂ ਇਹਨੂੰ ਇਦਾਂ ਨਹੀਂ ਲਿਖਦੇ ਅਸੀਂ ਸਿੰਪਲ f ਲਿਖਦੇ ਆ A ਕੀ ਬਣ ਜਾਂਦਾ ਉਹਦਾ ਪਾਵਰ ਸੈਟ ਜਿੱਦੋਂ ਸਾਰੇ ਦੇ ਸਾਰੇ ਸਬਸੈਟ ਆ ਉਹਨਾਂ ਦੀ ਇੱਕ ਸੈੱਟ ਫਾਰਮ ਬਣਾ ਦੇ ਜਿੱਦਾਂ f ਆ f ਦਾ ਸਬਸੈਟ ਕੀ ਹੁੰਦਾ f ਹੁੰਦਾ f ਨੂੰ ਇੱਕ ਸੈੱਟ ਦੀ ਫਾਰਮ ਦੇ ਵਿੱਚ ਲਿਖ ਲਿਓ ਸਾਰੇ ਦੇ ਸਾਰੇ ਸਬਸੈਟ ਜਿਨ੍ਹਾਂ ਨੂੰ ਇੱਕ ਸਿੰਪਲ ਸੈੱਟ ਦੇ ਵਿੱਚ ਲਿਖ ਲਿਓ ਕੀ ਆ ਜਾਂਦੇ ਉਹਦੇ ਪਾਵਰ ਸੈਟ ਇਹ ਪਾਵਰ ਸੈਟ ਬਣ ਜਾਏਗਾ ਠੀਕ ਹੈ ਕਲੀਅਰ ਹੈ ਨੈਕਸਟ ਦੇਖੋ ਰਾਈਡ 온 ది ਸਬਸੈਟ ਆਫ ਦੀ ਫਾਲੋਇੰਗ ਸੈਟਸ ਇਹਨਾਂ ਦੇ ਸਬਸੈਟ ਲਿਖਨੇ ਆ A ਦਾ ਸਬਸੈਟ ਕੀ ਹੋਊਗਾ ਏ ਇਹ ਹੋਊਗਾ ਇਹ ਕੀ ਹੋਊਗਾ ਨੈਕਸ ਇਹਦੇ ਸਬਸੈਟ ਲਿਖਨੇ ਆ ਇੱਕ ਫਾਈ ਫਾਈ ਹਰ ਇੱਕ ਸੈੱਟ ਦਾ ਸਬਸੈਟ ਹੁੰਦਾ ਸੌਰੀ ਇਹਦਾ ਸਬਸੈਟ ਕੀ ਕੀ ਹੋਊਗਾ ਇੱਕ ਫਾਈ ਔਰ ਇੱਕ ਏ ਇਹ ਵੀ ਦੱਸਿਆ ਸੀਗਾ ਕਿੱਦਾਂ ਲਿਖ ਸਕਦੇ ਆ ਕਿੰਨੇ ਨੰਬਰ ਆਫ ਸਬਸੈਟ ਹੁੰਦੇ ਟੋਟਲ ਸੈੱਟ ਕਿਸੇ ਵੀ ਸੈੱਟ ਦੇ ਕਿੰਨੇ ਸਬਸੈਟ ਹੁੰਦੇ ਜਿੰਨੇ ਉਹਦੇ ਵਿੱਚ ਐਲੀਮੈਂਟ ਹੋਣ ਉਹਦੀ ਪਾਵਰ 2 ਦੀ ਪਾਵਰ ਓਨੇ ਐਲੀਮੈਂਟ ਇਹਦੇ ਵਿੱਚ ਕਿੰਨੇ ਐਲੀਮੈਂਟ ਨੇ 1 ਸੈੱਟ ਏ ਹੀਗਾ ਨਾ ਇਹਦੇ ਵਿੱਚ ਇੱਕੋ ਹੀ ਐਲੀਮੈਂਟ ਹੈ ਯਾਨੀ ਕਿ 2 ਦੀ ਪਾਵਰ 1 ਯਾਨੀ ਕਿ ਇਹਦੇ ਵਿੱਚ ਕਿੰਨੇ ਸਬਸੈਟ ਹੋਣਗੇ 2 ਔਰ ਹਰ ਇੱਕ ਸੈੱਟ ਦਾ ਸਬਸੈਟ ਫਾਈ ਹਮੇਸ਼ਾ ਹੁੰਦਾ ਹੈ ਨੈਕਸਟ ਦੇਖੋ ਇਹਦਾ ਸਬਸੈਟ ਫਾਈ ਤੇ ਹੋਏਗਾ ਹੋਏਗਾ ਉਹ ਸੈੱਟ ਖੁਦ ਇਹ ਆ ਗਿਆ ਨੈਕਸਟ ਉਹਦੀ ਸਿੰਪਲ ਫਾਰਮ ਬਣਾ ਲਓ ਏ ਵੀ ਹੋਏਗਾ ਬੀ ਵੀ ਹੋਏਗਾ ਯਾਨੀ ਕਿ ਕਿੰਨੇ ਸਬਸੈਟ ਆ ਗਏ ਤੇ 4 ਠੀਕ ਹੈ ਇੱਕ ਫਾਈ ਇੱਕ ਏ ਇੱਕ ਬੀ ਔਰ ਇੱਕ ਏ ਬੀ ਯਾਨੀ ਕਿ ਇਹਦੇ ਵਿੱਚ 2 ਐਲੀਮੈਂਟ ਸੀ ਟੈੱਕ ਕਰ ਲਓ 2 ਦੀ ਪਾਵਰ 2 ਯਾਨੀ ਕਿ ਕਿੰਨੇ ਆ ਗਏ 4 ਕਲੀਅਰ ਹੈ 1 2 3 ਦਾ ਵੀ ਉਹਵੇਂ ਬਣਾਵਾਂਗੇ ਪਹਿਲਾਂ ਫਾਈ ਲਿਖ ਲਾਂਗੇ ਫਿਰ 1 ਫਿਰ 2 ਸਿੰਗਲ ਸਿੰਗਲ ਫਿਰ 1 2 ਡਬਲ ਡਬਲ वन थ्री नाल जाएगा ठीक है फिर आएगा टू और थ्री और नैक्सट की होगा सब तो व्डा सैट ओ खोल दो वन टू थ्री यानी कि किन्नी हो गए वन टू थ्री फोर फाइव सिक्स सैवन सैवन हो गए वन टू थ्री फोर फाइव सिक्स सैवन एट आने से फाइव uh, हो गया वन टू थ्री नहीं निकया बच्चे थ्री वन टू थ्री वन टू वन थ्री 2 3 1 2 3 ਯਾਨੀ ਕਿ ਇਹ ਸਾਰੇ ਦੇ ਸਾਰੇ ਕੀ ਹੋਣਗੇ ਦੇ ਸਬਸੈਟ ਹੋਣਗੇ ਨੈਕਸਟ ਦੇਖੋ 5 ਦਾ ਸਬਸੈਟ 5 ਹੋਏਗਾ ਠੀਕ ਹੈ 5 ਖੋਤੇ ਦੇ ਵਿੱਚ ਕੰਟੇਨਡ ਹੁੰਦਾ ਠੀਕ ਹੈ 5 ਹਰ ਇੱਕ ਦਾ ਚਾਹੇ ਉਹ 5 ਸੈਟ ਹੈ 5 ਯੂ ਦਾ ਕੀ ਹੁੰਦਾ ਸਬਸੈਟ ਹੁੰਦਾ ਠੀਕ ਹੈ ਨੈਕਸਟ ਦੇਖੋ ਪਾਵਰ ਸੈਟ ਜਿੰਨੇ ਵੀ ਤੁਸੀਂ ਸਬਸੈਟ ਬਣਾਏ ਆ ਠੀਕ ਹੈ ਉਹਨਾਂ ਦਾ ਇੱਕ ਸਿੰਪਲ ਸੈਟ ਬਣਾ ਦਿਓ ਉਹਨੂੰ ਅਸੀਂ ਕੀ ਕਹਿੰਦੇ ਆ ਉਹ ਸੈਟ ਦੇ ਕੀ ਹੋਣਗੇ ਉਹ ਪਾਵਰ ਸੈਟ ਹੋਣਗੇ ਠੀਕ ਹੈ ਜਿਵੇਂ ਕਿ ਤੁਹਾਨੂੰ ਕਿਹਾ ਹੋਇਆ ਪਾਵਰ ਸੈਟ ਅਸੀਂ ਕਿਹਦੇ ਲਿਖਨੇ ਆ A ਉਹ ਜਿਹੜਾ ਸੈਟ ਹੈ ਤੁਹਾਨੂੰ ਕਿ ਦਿੱਤਾ ਹੈ A ਉਹਦੇ ਵਿੱਚ ਕਿੰਨੇ ਐਲੀਮੈਂਟ ਨੇ 5 ਐਲੀਮੈਂਟ ਨੇ ਤੇ ਇਹਦਾ ਪਾਵਰ ਸੈਟ ਪਹਿਲਾਂ ਤੇ ਇਹਦੇ ਸਬਸੈਟ ਬਣਾ ਲਾਂਗੇ ਇਹਦਾ ਸਬਸੈਟ ਕੀ ਹੋਏਗਾ 5 ਹੋਏਗਾ ਪਿੱਛੇ ਅਸੀਂ ਕਰਕੇ ਆਏ ਆ 5 ਦਾ ਸਬਸੈਟ ਹਮੇਸ਼ਾ ਕੀ ਹੁੰਦਾ 5 ਹੁੰਦਾ ਤੇ ਪਾਵਰ ਸੈਟ ਕੀ ਹੁੰਦਾ ਜਿੰਨੇ ਸਾਰੇ ਦੇ ਸਾਰੇ ਸਬਸੈਟ ਹੈ ਉਹਦਾ ਇੱਕ ਸੈਟ ਬਣਾ ਦੋ ਇਹਦੇ ਵਿੱਚ ਇੱਕੋ ਹੀ ਪਾਵਰ ਸੈਟ ਆਇਆ ਹੀ ਉਹਦਾ ਅਸੀਂ ਇੱਕ ਸੈਟ ਬਣਾਤਾ A ਕੀ ਹੋਗੇ ਪਾਵਰ ਸੈਟ ਆਫ A ਏ ਦੇ ਜਿੰਨੇ ਸਬਸਟਾ ਉਹਨਾਂ ਨੂੰ ਅਸੀਂ ਕੀ ਕਰਤਾ ਇੱਕ ਸੈਟ ਦੀ ਫਾਰਮ ਦੇ ਵਿੱਚ ਲਿਖਤਾ ਤੇ ਉਹਨੂੰ ਅਸੀਂ ਕੀ ਕਹਤਾ ਕਿ ਏ ਕੀ ਹੋਣਗੇ ਦੇ ਸਬਸੈਟ ਠੀਕ ਹੈ ਨੈਕਸਟ ਦੇਖੋ ਨੈਕਸਟ ਕੀ ਗਿਆ ਹੋਇਆ ਤੁਹਾਨੂੰ ਰਾਈਟ ਡਾਉਨ ਦੀ ਫੋਲੋਇੰਗ ਐਜ਼ ਅ ਇੰਟਰਵਲ ਇਹਨਾਂ ਨੂੰ ਇੰਟਰਵਲ ਫਾਰਮ ਦੇ ਵਿੱਚ ਲਿਖਣਾ ਸੀ ਠੀਕ ਹੈ ਕੀ ਗਿਆ ਹੋਇਆ ਕਿ ਐਕਸ ਦੀ ਵੈਲਿਊ ਜਿਹੜੀ ਆ ਮਾਈਨਸ 4 ਔਰ ਲੈਸ ਥੈਨ ਇਕੁਅਲ ਟੂ 6 ਯਾਨੀ ਕਿ 4 ਤੋਂ ਇਹਨੂੰ ਅਸੀਂ ਐਵੇਂ ਲਿਖਦੇ ਹਾਂ ਠੀਕ ਹੈ ਜਾਂ ਹੀ ਉਹ ਇੱਥੇ ক্লোਜ਼ਡ ਇੰਟਰਵਲ ਹੁੰਦਾ ਜਾਂ ਓਪਨ ਇੰਟਰਵਲ ਹੁੰਦਾ ਜਿਹੜਾ ਓਪਨ ਇੰਟਰਵਲ ਹੁੰਦਾ ਉਸ ਨੂੰ ਅਸੀਂ ਉਹਦੀ ਨੋਟੇਸ਼ਨ ਐਵੇਂ ਹੁੰਦੀ ਹੈ ਠੀਕ ਹੈ ਸਿੰਪਲ ਬ੍ਰੈਕਟ ਠੀਕ ਹੈ ਔਰ ਜੋ ਤੁਹਾਡਾ ক্লোਜ਼ਡ ਇੰਟਰਵਲ ਹੁੰਦਾ ਉਹ ਇਹ ਵਾਲੀ ਬ੍ਰੈਕਟ ਹੁੰਦੀ ਹੈ ਸਕੁਅਰ ਬ੍ਰੈਕਟ ਜਿਹਨੂੰ ਕਹਦੀ ਹੈ ਠੀਕ ਹੈ ਇਹਦੀ ਸਿੰਪਲ ਗੋਲਵਾਰੀ ਬ੍ਰੈਕਟ ਹੁੰਦੀ ਹੈ ਜੋ ਤੁਹਾਡਾ ਓਪਨ ਇੰਟਰਵਲ ਹੁੰਦਾ ਠੀਕ ਹੈ ਜੋ ਕਲੋਜ਼ਡ ਇੰਟਰਵਲ ਹੁੰਦਾ ਉਹਦੀ ਇਹ ਕਲੋਜ਼ ਬ੍ਰੈਕਟ ਹੁੰਦੀ ਹੈ ਠੀਕ ਹੈ ਕਲੋਜ਼ ਦਾ ਮਤਲਬ ਇਹ ਹੈ ਕਿ ਅਗਰ ਦੋ ਇਧਰ ਕੋਈ ਐਲੀਮੈਂਟ ਜਿਦਾ A ਔਰ ਮੈਂ 2 ਔਰ 3 ਲੈ ਲਿਆ ਠੀਕ ਹੈ ਅਸੀਂ ਕਹਿ ਕੇ ਕਲੋਜ਼ ਇੰਟਰਵਲ ਹੈ 2 ਤੇ 3 ਯਾਨੀ ਕਿ ਇਹਦੇ ਵਿੱਚ 2 ਵੀ ਕਾਊਂਟ ਹੋਊਗਾ ਔਰ 3 ਵੀ ਕਾਊਂਟ ਹੋਊਗਾ ਠੀਕ ਹੈ ਇਹਦੇ ਵਿੱਚ ਵਿੱਚ ਆਲੇ ਐਲੀਮੈਂਟ ਤੇ ਹੋਣਗੇ ਜਿੱਦਾਂ 2.1 2.2 2.3 ਇਹ ਸਾਰੇ ਦੇ ਹੋਣਗੇ ਹੀ ਹੋਣਗੇ ਠੀਕ ਹੈ ਜਿੱਦਾਂ x ਰੀਅਲ ਹੈ ਕਿ ਆ ਰੀਅਲ ਦੇ ਵਿੱਚ ਸਾਰੇ ਆ ਜਾਂਦੇ ਆ ਪੁਆਇੰਟਸ ਵਾਲੇ 1/2 1/3 1/4 ਯਾਨੀ ਕਿ ਵਿੱਚ ਵਾਲੇ ਜਿਹੜੇ ਸਾਰੇ ਪੁਆਇੰਟਸ ਵਾਲੇ ਨੰਬਰ ਉਹ ਵੀ ਆ ਜਾਂਦੇ ਆ ਰੀਅਲ ਕੀ ਹੁੰਦੀ ਹੈ ਸਾਰੀ ਦੀ ਸਾਰੀ ਸਾਡੇ ਕੋਲ ਜਿਹੜੇ ਰੈਸ਼ੀਨਲ ਵੀ ਆ ਪਲੱਸ ਇਰੈਸ਼ੀਨਲ ਵੀ ਜਿਹੜੇ ਆ ਜਾਂਦੇ ਆ ਠੀਕ ਹੈ ਪੁਆਇੰਟਸ ਵਾਲੇ ਵੀ ਯਾਨੀ ਕਿ 2.1 ਵੀ ਹੋਏਗਾ 2.2 ਵੀ ਹੋਏਗਾ 2.3 ਵੀ ਹੋਏਗਾ ਔਰ 2 ਔਰ 3 ਵੀ ਕਨਸੀਡਰ ਕਰਨਾ ਉਹਨੂੰ ਅਸੀਂ ਕਹਿੰਦੇ ਨੇ ਕਲੋਜ਼ ਇੰਟਰ ਸੌਰੀ ਓਪਨ ਇੰਟਰਵਲ ਦੇ ਵਿੱਚ ਅਸੀਂ 2 অর 3 ਨੂੰ ਜੇ ਅਗਰ ਮੈਂ ਓਪਨ ਇੰਟਰਵਲ ਪਾਇਆ ਹੈ ਦਾ ਮਤਲਬ 2 অর 3 ਕਾਊਂਟਰ ਨਹੀਂ ਕਰਨਾ ਠੀਕ ਹੈ ਯਾਨੀ ਕਿ ਇਹਦੇ ਵਿੱਚ ਵਿੱਚ ਵਾਲੇ ਜਿਹੜੇ ਐਲੀਮੈਂਟ 2.1 2.3 ਅਪ ਟੂ 2.9 ਤੱਕ ਨੈਕਸਟ ਕੀ ਆ ਜਨਾ ਸੀਗਾ 3 3 ਔਰ 2 ਕਾਊਂਟਰ ਨਹੀਂ ਕਰਨਾ ਸੀ ਠੀਕ ਹੈ ਜਦੋਂ ਅਸੀਂ ਇਹਨੂੰ ਨੰਬਰ ਲਾਈਨ ਤੇ ਵੀ ਅਗਰ ਨੰਬਰ ਲਾਈਨ ਤੇ ਵੀ ਦਿੱਤਾ ਹੋਇਆ ਹੈ ਤਾਂ ਤੁਸੀਂ ਇਹਨੂੰ ਕਿਦਾਂ ਵੇਖ ਸਕਦੇ ਆ ਕਿ ਓਪਨ ਆ ਜਾਂ ক্লোਜ਼ਡ ਹੈ ਜਿਹੜਾ ਓਪਨ ਹੁੰਦਾ ਉਹਨੂੰ ਐਵੇਂ ਲਿਖਦੇ ਆ ਜਿੱਦਾਂ 2 ਔਰ 3 ਮੇਰਾ ਇੰਟਰਵਲ ਆਇਆ ਸੀ ਉਹਨੂੰ ਮੈਂ ਅਗਰ ਐਵੇਂ ਲਿਖਿਆ ਤਾਂ ਮਤਲਬ ਹੈ ਓਪਨ ਇੰਟਰਵਲ ਹੈ ਓਪਨ ਇੰਟਰਵਲ ਮਤਲਬ 2 ਇੰਟੂ 3 ਯਾਨੀ ਕਿ ਇਹਦੇ ਵਿੱਚ ਵਿੱਚ ਵਾਲੇ ਐਲੀਮੈਂਟ ਕਾਊਂਟ ਹੋਣਗੇ 2.1 2.2 2.3 ਔਰ ਅਗਰ ਸਿੰਪਲ ਐਵੇਂ ਐਵੇਂ ਬਣਾਇਆ ਹੋਇਆ ਠੀਕ ਹੈ ਇਨੂੰ ਅਸੀਂ ਕੀ ਕਵਾਂਗੇ ਕਿ ਇਹ ਕੀ ਹੈ ਇੱਕ ক্লোਜ਼ ਇੰਟਰਵਲ ਹੈ ਯਾਨੀ ਕਿ ਇੱਕ ਡਾਰਕ ਸਰਕਲ ਔਰ ਇੱਕ ਲਾਈਟ ਸਰਕਲ ਜੇ ਹੋਣਗੇ ਠੀਕ ਹੈ ਲਾਈਟ ਸਰਕਲ ਮਤਲਬ ਓਪਨ ਇੰਟਰਵਲ ਅਗਰ ਡਾਰਕ ਕੀਤੇ ਹੋਣਗੇ ਉਹ ਸਰਕਲ ਥੈਨ ਅਸੀਂ ਉਹਨਾਂ ਨੂੰ ਕਵਾਂਗੇ ਕਿ ਕੀ ਹੈ ਉਹ ক্লোਜ਼ਡ ਇੰਟਰਵਲ ਔਰ ਉਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਵੈਲਿਊਜ਼ ਕਨਸੀਡਰਡ ਹੁੰਦੀਆਂ ਨੇ ਠੀਕ ਹੈ ਇਹਦੇ ਵਿੱਚ ਅਸੀਂ ਕਿਵੇਂ ਬਣਾਵਾਂਗੇ इतने इकअल जिथे इकूअल देता इतना तो असी सिंपल इंटरवल बनाना हजे असी ठीक है फोर एक तो माइनस फोर है एक सिक्स है हूँ देखो किधरले बने कलोज ब्रैकेट पेगी और किधर ले बने ओपन ब्रैकेट पेगी इधर ओपन है क्यों क्योंकि इतने इकुअल नहीं दिता हुआ एक्स लैस दैन एक्स लैस दैन माइनस ग्रेटर दैन एक्स ग्रेटर दैन माइनस फोर माइनस फोर तो ज़्यादा इकुअल नहीं किया होकुअल नहीं किया होके इधर कि ब्रैकेट पैगी साढ़े कोपन ਔਰ ਇਧਰ ক্লোজড ਕਿਉਂਕਿ ਇੱਥੇ ਇਕੁਅਲ ਦਿੱਤਾ ਹੋਇਆ ਹੈ ਯਾਨੀ ਕਿ ਇਹ ਸਾਡਾ ਇੰਟਰਵਲ ਬਣ ਗਿਆ ਨੈਕਸਟ ਦੇਖੋ ਨੈਕਸਾ ਨੂੰ ਕੀ ਆ ਹੋਇਆ -12 -12 ਔਰ -10 ਦੋਨਾਂ ਦੇ ਵਿੱਚ ਇੱਥੇ ਇਕੁਅਲ ਸਾਈਨ ਨਹੀਂ ਦਿੱਤਾ ਹੋਇਆ ਇਹਦਾ ਮਤਲਬ ਇਹ ਕੀ ਆ ਓਪਨ ਇੰਟਰਵਲ ਹੈ ਇੱਥੇ ਦੇਖੋ 0 ਔਰ 7 ਇਧਰ ਕੀ ਆ ਇਹਦਾ ਤਾਂ ਧੀ ਹੋਊਗੀ ਓਪਨ ਇਧਰ ਹੋਊਗੀ ক্লোজড ਹੋਣਾ ਕਿਹਾ ਕਿ ਇਹ ਜ਼ੀਰੋ ਨੂੰ ਵੀ ਕਾਊਂਟ ਕਰਨਾ ਨੈਕਸਟ 3 অর 4 3 অর 4 ਲਿਖ ਲਿਆ ਮੈਂ ਠੀਕ ਹੈ ਦੋਨਾਂ ਚ ਇਕੁਅਲ ਦਾ ਸਾਈਨ ਦਿੱਤਾ ਹੋਇਆ ਇਸ ਕਰਕੇ ਇਕੁਅਲ ਬ੍ਰੈਕਟ ਹੈ ਯਾਨੀ ਕਿ ਇਹਦੇ ਵਿੱਚ ਕੀ ਹੋਇਆ ਹੈ ਕਿ ਐਕਸ ਦੀਆਂ ਜੜੀਆਂ ਵੈਲਿਊ ਆ ਚਾਰ ਤੋਂ ਛੋਟੀਆਂ-ਛੋਟੀਆਂ ਲੈਣੀਆਂ ਯਾਨੀ ਕਿ ਚਾਰ ਤੋਂ ਅੱਗੇ ਨਹੀਂ ਕੰਸੀਡਰ ਕਰ ਸਕਦੇ ਅਸੀਂ ਨੈਕਸਟ ਠੀਕ ਹੈ ਔਰ ਤਿੰਨ ਤੋਂ ਛੋਟੀਆਂ-ਛੋਟੀਆਂ ਲੈਣੀਆਂ ਅਸੀਂ ਠੀਕ ਹੈ ਤਿੰਨ ਤੋਂ ਛੋਟੀਆਂ-ਛੋਟੀਆਂ ਔਰ ਤਿੰਨ ਤੇ ਤਿੰਨ ਤੋਂ ਸੌਰੀ ਅਸੀਂ ਕੀ ਕਿਹਾ ਚਾਰ ਤੋਂ ਲੈਸ ਯਾਨੀ ਕਿ 4 ਤੋਂ ਲੈਸ ਵਾਲੀਆਂ 3 2 ਠੀਕ ਹੈ ਔਰ 3 ਤੋਂ ਵੱਡੀਆਂ ਵਾਲੀਆਂ 3 ਤੋਂ ਵੱਡੀ ਕਿਹੜੀ ਆ 2 ਔਰ 3 ਤੋਂ ਵੱਡੀ ਸੌਰੀ 4 4 ਦੇ ਵਿੱਚ ਵਿੱਚ ਆਲੀਆਂ ਕੰਸੀਡਰ ਕਰਨੀਆਂ ਜਾਂ ਉਹਦੀਆਂ ਵੱਡੀਆਂ 3.1 3.2 3.3 3.4 ਸੋਨ ਠੀਕ ਹੈ ਕਲੀਅਰ ਹੈ ਯਾਨੀ ਕਿ ਅਸੀਂ ਲੈਣਾ ਸੀ ਇੱਥੇ 3 ਔਰ 4 ਇੱਥੋਂ ਹੀ ਸਿੰਪਲ ਯਾਦ ਰੱਖੋਗੇ ਇਕੁਅਲ ਹੈ ਤੇ 3 ਵੀ ਕਾਊਂਟ ਹੋਣਾ ਇਕੁਅਲ ਹੈ ਤੇ 4 ਵੀ ਕਾਊਂਟ ਹੋਣਾ x ਦੀ ਵੈਲਿਊ ਲੈਸ ਥੈਨ ਯਾਨੀ ਕਿ 4 ਔਰ 4 ਤੋਂ ਛੋਟੀ 4 ਔਰ 4 ਤੋਂ ਛੋਟੀ ਯਾਨੀ ਕਿ ਪਿੱਛੇ ਪਿੱਛੇ ਵਾਲੀਆਂ ਵੈਲਿਊਸ ਕਾਊਂਟ ਕਰਨੀਆਂ ਠੀਕ ਹੈ ਜਦੋਂ ਤੁਸੀਂ ਨੰਬਰ ਲਾਈਨ ਤੇ ਦੇਖੋਗੇ ਫਿਰ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ 4 ਔਰ 4 ਤੋਂ ਛੋਟੀਆਂ ਵਾਲੀਆਂ ਵੈਲਿਊ ਤੇ x ਦੀ ਵੈਲਿਊ ਵੱਡੀ ਕਿਤੇ ਤੋਂ ਹੋਣੀ ਚਾਹੀਦੀ ਹੈ 3 तो व्डी थ्री तो वीड्डी यानी कि ही रहेगी थ्री तो व्डी थ्री पॉइंट वन थ्री पॉइंट टू थ्री पॉइंट थ्री थ्री पॉइंट फोर अपू सोन फोर तक और इक्वल भी कही हुई मतलब अभी थ्री भी काउंट कर सकते हैं और फोर भी काउंट कर सकते हैं जिदा इतने इक्वल नहीं कही हुई यदा मतलब एक माइनस ट्वैल्व सगा माइनस ट्वैल्व इतने किएगा और माइनस टैन इधर किएगा ठीक है माइनस टैन तक ਠੀਕ ਹੈ ਉਹ -10 ਤੋਂ ਛੋਟੀਆਂ-ਛੋਟੀਆਂ ਲੈਣੀਆਂ ਸੀਗੀਆਂ ਔਰ -12 ਤੋਂ ਵੱਡੀਆਂ-ਵੱਡੀਆਂ ਲੈਣੀਆਂ ਸੀਗੀਆਂ ਔਰ 10 ਤੱਕ ਲੈਣੀਆਂ ਸੀਗੀਆਂ ਔਰ ਉਹਨਾਂ ਨੇ ਕਿਹਾ ਸੀਗਾ ਇਹ ਕਾਊਂਟ ਨਹੀਂ ਕਰਨੀ ਠੀਕ ਹੈ 12 ਤੋਂ ਵੱਡੀਆਂ-ਵੱਡੀਆਂ ਔਰ -10 ਤੋਂ ਛੋਟੀਆਂ-ਛੋਟੀਆਂ ਉਹਨਾਂ ਦੋਨਾਂ ਨੂੰ ਕਨਸੀਡਰ ਨਹੀਂ ਸੀ ਕਰਨਾ ਨੈਕਸਟ ਦੇਖੋ ਵਿਚ ਆਫ ਦਾ ਫੋਲੋਇੰਗ ਰਾਈਟ ਔਨ ਦੀ ਫੋਲੋਇੰਗ ਸੈਟ ਫੋਲੋਇੰਗ ਇੰਟਰਵल्स ਇਨ ਅ ਸੈਟ ਬਿਲਡਰ ਫਾਰਮ ਇਹ ਅਸੀਂ ਪਹਿਲਾਂ ਵੀ ਕੀਤਾ ਸੀ ਇਹ ਕੁਐਸਚਨ ਤੁਸੀਂ ਖੁਦ ਟਰਾਈ ਕਰਨਾ ਸੈਟ ਬਿਲਡਰ ਫਾਰਮ ਲਾਸਟ ਵੀਡੀਓ ਵਿੱਚ ਅਸੀਂ ਪ੍ਰੋਪਰ ਜਿਹੜੀ ਹੈ ਟਰਾਈ ਕੀਤੀ ਸੀਗੀ ਕਿ ਕਿਵੇਂ ਅਸੀਂ ਸ ਜਾਂ ਕਹਦੀ ਹੈ ਰੋਸਟਰ ਫਾਰਮ ਦਿੱਤੀ ਹੋਏ ਤੋਂ ਸੈੱਟ ਬਿਲਡਰ ਫਾਰਮ ਕਿਵੇਂ ਬਣਾਈਦੀ ਹੈ ਔਰ ਸੈੱਟ ਬਿਲਡਰ ਫਾਰਮ ਦਿੱਤੀ ਹੋਏ ਤੇ ਉੱਤੋਂ ਰੋਸਟਰ ਫਾਰਮ ਕਿਵੇਂ ਬਣਾਈਦੀ ਹੈ ਨੈਕਸਟ ਦੇਖੋ ਯੂਨੀਵਰਸਲ ਸੈੱਟ ਯੂਨੀਵਰਸਲ ਸੈੱਟ ਕੀ ਹੁੰਦਾ ਸੀਗਾ ਕੋਈ ਵੀ ਇੱਕ ਸੈੱਟ ਦਿੱਤਾ ਹੈ ਤੁਹਾਨੂੰ ਛੋਟੇ-ਛਾਟੇ ਦਿੱਤੇ ਹੋਣ ਉਹਦੇ ਤੋਂ ਪੂਰਾ ਦਾ ਪੂਰਾ ਜਦੋਂ ਸਾਰੇ ਦੇ ਸਾਰੇ ਐਲੀਮੈਂਟਸ ਉਹਦੇ ਵਿੱਚ ਅਸੀਂ ਕਨਸੀਡਰ ਕਰ ਲੈਨੇ ਆ ਤੇ ਉਹ ਦਾ ਕੀ ਬਣ ਜਾਂਦਾ ਯੂਨੀਵਰਸਲ ਸੈਟ ਫੋਰ ਏਗਜ਼ਾਮਪਲ ਜਿਹਦਾ ਮੈਂ ਤੁਹਾਨੂੰ ਦਵਾ ਨੈਚੁਰਲ ਨੰਬਰ ਦਿੱਤੇ ਹੋਏ ਆ ਤੁਹਾਨੂੰ ਹੋਲ ਨੰਬਰ ਦਿੱਤੇ ਹੋਏ ਆ ਤੁਹਾਨੂੰ ਇੰਟੀਜਰ ਦਿੱਤੇ ਹੋਏ ਆ ਠੀਕ ਹੈ ਰੈਸ਼ੀਨਲ ਦਿੱਤੇ ਹੋਏ ਆ ਔਰ ਇਰੈਸ਼ੀਨਲ ਦਿੱਤੇ ਹੋਏ ਇਹਨਾਂ ਸਾਰਿਆਂ ਦਾ ਯੂਨੀਵਰਸਲ ਸੈਟ ਕੌਣ ਹੁੰਦਾ ਰੀਅਲ ਨੰਬਰ ਕਿਉਂਕਿ ਰੀਅਲ ਦੇ ਵਿੱਚ ਇਹ ਸਾਰੇ ਦੇ ਸਾਰੇ ਆ ਜਾਂਦੇ ਆ ਰੀਅਲ ਇਹਨਾਂ ਦਾ ਕੀ ਹੈ ਯੂਨੀਵਰਸਲ ਸੈਟ ਹੈ ਕਿਉਂਕਿ ਸਾਰਿਆਂ ਨੂੰ ਕੰਬਾਈਨ ਕਰਕੇ ਹੀ ਕੀ ਬਣਦਾ ਰੀਅਲ ਨੰ ਰੈਸ਼ੀਨਲ ਨੰਬਰ ਹੋਲ ਨੰਬਰ ਇੰਟੀਜਰ ਹੋ ਜਾਣ ਰੈਸ਼ੀਨਲ ਹੋ ਜਾਣ ਇਰੈਸ਼ੀਨਲ ਹੋ ਜਾਣ ਇਹਨਾਂ ਸਾਰਿਆਂ ਦਾ ਯੂਨੀਵਰਸਲ ਸੈਟ ਕੋਣ ਹੈ ਰੀਅਲ ਨੰਬਰਸ ਨੈਕਸਟ ਦੇਖੋ ਇਹਦੇ ਵਿੱਚ ਕੀ ਪੁੱਛਿਆ ਹੋਇਆ ਯੂਨੀਵਰਸਲ ਸੈਟ ਊਡ ਬੀ ਯੂ ਪਰਪਸ ਫਾਰ ਈਚ ਆਫ ਦੀ ਫਾਲੋਇੰਗ ਦਾ ਸੈਟ ਆਫ ਰਾਈਟ ਟ੍ਰਾਇੰਗਲਸ ਰਾਈਟ ਟ੍ਰਾਇੰਗਲਸ ਦਾ ਸੈਟ ਆਫ ਅ ਰਾਈਟ ਟ੍ਰਾਇੰਗਲ ਸਿਰਫ ਉਹਦੇ ਵਿੱਚ ਕੀ ਹੋਣੀ ਹੈ ਸਹੀ ਦੀਆਂ ਰਾਈਟ ਐਂਗਲ ਟ੍ਰਾਇੰਗਲਸ ਤੇ ਇਹਦੇ ਵਿੱਚ ਜਿਹੜਾ ਇਹਦਾ ਯੂਨੀਵਰਸਲ ਸੈਟ ਹੋ ਕੀ ਹੋਊਗਾ ਸਾਰੀਆਂ ਦੇ ਸਾਰੀਆਂ ਟ੍ਰਾਇੰਗਲ ਸੈਟ ਆਫ 올 ਟ੍ਰਾਇੰਗਲਸ ਸਾਰੀਆਂ ਟ੍ਰਾਈਐਂਗਲਸ ਜਿਹਦੇ ਵਿੱਚ ਰਾਈਟ ਐਂਗਲ ਵੀ ਆ ਜਾਣਗੀਆਂ ਠੀਕ ਹੈ ਆਈਸੋਸੇਲਸ ਵੀ ਆ ਜਾਣਗੀਆਂ ਠੀਕ ਹੈ ਇਕੂਲੇਟਰਲ ਟ੍ਰਾਈਐਂਗਲਸ ਵੀ ਆ ਜਾਣਗੀਆਂ ਸਾਰੀਆਂ ਦੀਆਂ ਸਾਰੀਆਂ ਉਹੀ ਦਾ ਯੂਨੀਵਰਸਲ ਬਣੇਗਾ ਕਿਉਂਕਿ ਇਹਦੇ ਵਿੱਚ ਹੀ ਕੰਟੇਨਡ ਹੋਣਾ ਇਹਦਾ ਵੀ ਕੀ ਹੋਊਗਾ सेट ऑफ ऑल टाइप्स ऑफ ट्रायंगल ठीक है टेकन एज ए सेट ऑफ ऑल ट्रायंगल सारीਆਂ ਦੀਆਂ ਸਾਰੀਆਂ ट्रायंगल ਚਾਹੇ ਉਹ ਆਈਸੋਸੇਲਸ ਹੋਣ ਚਾਹੇ ਉਹ ਇਕੂਲੇਟਰਲ ਹੋਣ ਚਾਹੇ ਉਹ ਸਕੈਲਨ ਹੋਣ ਚਾਹੇ ਉਹ ਰਾਈਟ ਐਂਗਲ ਹੋਣ ਕਿਉਂਕਿ ਉਹ ਸਾਰੀਆਂ ਦੀਆਂ ਸਾਰੀਆਂ ਇਹਦੇ ਵਿੱਚ ਕੰਟੇਨਡ ਹੋਣੀਆਂ ਨੇ ਨੈਕਸਟ ਦੇਖੋ ਕੀ ਕਿਹਾ ਹੋਇਆ ਸੈਟ ए बी ਔਰ ਸੀ ਦਿੱਤਾ ਹੋਇਆ ਵਿਚ ਆਫ द ਫੋਲੋਇੰਗ ਮੇ ਬੀ ਕਨਸੀਡਰਡ ਐ ਜੀ ਯੂਨੀਵਰਸਲ ਸੈਟ ਇਹਨਾਂ ਚ ਚੈੱਕ ਕਰੋ ਇਹਦਾ ਯੂਨੀਵਰਸਲ ਸੈਟ ਕੌਣ ਹੈ ਜਿਹਦੇ ਵਿੱਚ 1 2 3 4 5 6 8 ਤੱਕ ਇੱਕ 1 ਪਿਆ ਹੈ 0 ਹੈ ਫਿਰ 1 2 3 4 5 6 ਔਰ 8 7 ਨਹੀਂ ਹੈਗਾ 0 1 2 3 4 5 6 ਔਰ 8 0 1 ਯਾਨੀ ਕਿ ਇਹਦਾ ਯੂਨੀਵਰਸਲ ਲਿਖਣਾ ਜਿਹੜੇ ਦੇ ਵਿੱਚ ਇਹਦੇ ਸਾਰੇ ਦੇ ਇਹ ਸਾਰੇ ਦੇ ਸਾਰੇ ਵੀ ਹੋਣ ਤੇ ਐਕਸਟਰਾ ਵੀ ਕੁਝ ਹੋ ਸਕਦੇ ਆ ਇਹੀ ਦਿਖ ਰਿਹਾ 0 1 2 3 4 5 6 7 8 9 10 10 ਤੱਕ ਹਨ ਠੀਕ ਹੈ ਕਿਉਂਕਿ ਇਹਦੇ ਵਿੱਚ ਜ਼ੀਰੋ ਵੀ ਹੈ 1 ਵੀ ਹੈ 2 ਵੀ ਹੈ 3 ਵੀ ਹੈ 4 ਵੀ ਹੈ 6 ਵੀ ਹੈ 8 ਵੀ ਹੈ ਇਹਦਾ ਮਤਲਬ ਇਹ ਯੂਨੀਵਰਸਲ ਸੈਟ ਹੈ ਇਹਨਾਂ ਸਾਰਿਆਂ ਦਾ ਇਹਦਾ ਵੀ ਯੂਨੀਵਰਸਲ ਹੈ ਇਹਦਾ ਵੀ ਯੂਨੀਵਰਸਲ ਹੈ ਔਰ ਇਹਦਾ ਵੀ ਯੂਨੀਵਰਸਲ ਹੈ ਆਈ ਹੋਪ ਤੁਹਾਨੂੰ ਸਾਰੇ ਦਾ ਸਾਰਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर ਚੈਨਲ